ਰੇਡੀਓ ਪੰਜਾਬ ਟੂਡੇ ਦੇ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ। ਅੱਜ ਦਿਨ ਹੈ ਜੀ ਮੰਗਲਵਾਰ, ਤਰੀਕ ਹੈ 3 ਸਤੰਬਰ ਅਤੇ ਸਮਾਂ ਪੰਜਾਬ ਦੀਆਂ ਸੂਈਆਂ 'ਤੇ 6:30 ਦਾ। ਇਹ ਪ੍ਰੋਗਰਾਮ ਤੁਹਾਡੇ ਤੱਕ ਪੁੱਜਦਾ ਕੀਤਾ ਜੀ ਸਟੋਕਟਨ ਤੋਂ ਤ੍ਰਿਪਤੀਪਾਲ ਸਿੰਘ ਹੋਰਾਂ ਵੱਲੋਂ, ਲੰਡਨ ਤੋਂ ਜਗਜੀਤ ਸਿੰਘ ਹੋਰਾਂ ਵੱਲੋਂ, ਸੈਟਲ ਤੋਂ ਬਲਵੀਰ ਸਿੰਘ ਉਸਮਾਨਪੁਰ, ਵਰਿੰਦਰ ਗਰੇਵਾਲ ਹੋਰਾਂ ਵੱਲੋਂ ਅਤੇ ਇੰਡੀਅਨਐਪਲਿਸ ਤੋਂ ਬਲਜੀਤ ਸਿੰਘ ਸਿੱਧੂ, ਬੇਕਸਵੀਲ ਤੋਂ ਭਰਪੂਰ ਸਿੰਘ ਮੌਲਾ ਅਤੇ ਜਸਪ੍ਰੀਤ ਸਿੰਘ ਮਾਨ ਕਿਸ਼ਨਪੁਰੇ ਵਾਲੇ, ਅਤੇ ਕਲਮਾਜ਼ੂ ਤੋਂ ਅਮਰਜੀਤ ਸਿੰਘ ਗਰੇਵਾਲ ਹੋਣੀ ਅਤੇ ਉਹਨਾਂ ਦੇ ਮਿੱਤਰ ਪਿਆਰੇ ਬਾਈ ਲਾਲੀ ਹੋਰੀ, ਬਾਈ ਜੱਗੀ ਜੀ ਹੋਰੀ ਸਾਰੇ, ਪੱਡਾ ਸਾਹਿਬ ਵਰਜੀਨੀਆ ਤੋਂ। ਸੋ ਹਮੇਸ਼ਾ ਹੀ ਧੰਨਵਾਦੀ ਹਾਂ ਅਸੀਂ ਨਿਊਯਾਰਕ ਦੇ ਸਾਡੇ ਲਿਸਨਰਸ ਮਾਲਵਾ ਕਲੱਬ ਅਤੇ ਬਾਈ ਜੀ ਅਮਰਜੀਤ ਸਿੰਘ ਸਮਰਾ ਅਤੇ ਲਖਵਿੰਦਰ ਸਿੰਘ ਹੋਰਾਂ ਦੇ। ਸੋ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਵਪਾਰਕ ਸੁਨੇਹਾ, ਕੋਅਪ ਟਰੱਕ ਐਂਡ ਹੈਵੀ ਇਕੁਪਮੈਂਟ ਰਿਪੇਅਰ ਵੱਲੋਂ, ਇਹ ਸਪੈਸ਼ਲਾਈਜ਼ ਨੇ ਜੀ ਐਕਸਲ ਡਰਾਈਵ ਐਕਸਲ ਸਟੇਅਰਿੰਗ ਐਕਸਲ ਡੰਪ ਟ੍ਰੇਲਰ ਬਾਕਸ ਨੂੰ ਨਵੀਂ ਟੈਕਨੀਕ ਦੇ ਨਾਲ ਤਕਲੇ ਵਾਂਗੂ ਸਿੱਧਾ ਕਰਨ ਦੇ, ਸੇਫਟੀ ਸਟਰਕਚਰਲ ਸੇਫਟੀ ਵੀ ਕਰਦੇ ਨੇ। 2 ਲੋਕੇਸ਼ਨਾਂ 'ਤੇ ਓਪਰੇਸ਼ਨਲ ਨੇ ਜੀ ਇਹ, 7405 ਕਿੰਬਲ ਸਟਰੀਟ ਮਿਸੀਸਾਗਾ ਦੇ ਵਿੱਚ ਅਤੇ ਦੂਜੀ ਲੋਕੇਸ਼ਨ ਹੈ 36 ਪਾਇਨੀ ਡਰਾਈਵ ਐਰਨ ਦੇ ਵਿੱਚ ਅੰਟੇਰੀਓ 'ਚ ਹੈ ਜੀ ਦੋਨੇ ਲੋਕੇਸ਼ਨਾਂ। 9056713647 'ਤੇ ਅਪੁਆਇੰਟਮੈਂਟ ਬਣਾ ਸਕਦੇ ਹੋ ਜਾਂ ਫਿਰ ਕੁਲਦੀਪ ਸਿੰਘ ਗਰੇਵਾਲ ਹੋਰਾਂ ਦੇ ਨਾਲ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦੇ ਕੇ ਗੱਲਬਾਤ ਕਰੋ 4162544599 ਦੇ ਉੱਤੇ। ਹਰ ਤਰ੍ਹਾਂ ਦੇ ਅਕਾਊਂਟਸ ਦੀ ਹੈਲਪ ਚਾਹੀਦੀ ਹੈ ਤਾਂ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਵਾਲੇ ਮਹਿੰਦਰ ਸਿੰਘ ਲੋਕਪਾਲ ਸਿੰਘ ਸੋਹਲ ਹੋਰਾਂ ਦੇ ਨਾਲ, ਕੈਂਟ ਵਾਸ਼ਿੰਗਟਨ ਦੇ ਸਮੇਂ ਦੇ ਮੁਤਾਬਕ 2535205288 'ਤੇ ਕਾਲ ਕਰ ਸਕਦੇ ਹੋ। ਵਾਸ਼ਿੰਗਟਨ ਫਰੇਟ ਸਰਵਿਸ ਓਨਰ ਆਪਰੇਟਰ ਅਤੇ ਡਰਾਈਵਰ ਹਾਇਰ ਕਰ ਰਹੀ ਹੈ ਜੀ, ਚੰਗੇ ਬੋਨਸ ਦੇ ਨਾਲ ਨਾਲ ਕੰਪਨੀ ਹੋਰ ਸਹੂਲਤਾਂ ਵੀ ਦਿੰਦੀ ਹੈ। ਜਗਦੇਵ ਸੰਧੂ ਹੋਰਾਂ ਨੂੰ 2532669924 ਜਾਂ ਗੁਰਵਿੰਦਰ ਧਾਲੀਵਾਲ ਨਾਲ 206-354-4060 'ਤੇ ਕਾਲ ਕਰ ਸਕਦੇ ਹੋ। ਮੇਰੇ ਨਾਲ ਸਰਦਾਰ ਜਸਵੀਰ ਸਿੰਘ ਪੱਟੀ ਹੋਰੀ ਨੇ। ਪੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਜੀ, ਮੇਰੇ ਵੱਲੋਂ ਆਪ ਜੀ ਅਤੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸੋ ਪੱਟੀ ਸਾਹਿਬ ਗੱਲ ਕਰਾਂਗੇ, ਤੁਸੀਂ ਸਿੱਖ ਪਾਰਲੀਮੈਂਟ ਜਿਹਨੂੰ ਆਪਾਂ SGPC ਵੀ ਕਹਿੰਦੇ ਹਾਂ, ਬੜੀ ਉੱਥੇ ਤੁਹਾਡੀ ਨਜ਼ਰ ਰਹਿੰਦੀ ਹੈ। ਸੁਪਰੀਮ ਕੋਰਟ ਹੈ ਜੀ ਸਿੱਖਾਂ ਦੀ, ਅਕਾਲ ਤਖਤ ਸਾਹਿਬ, ਉੱਥੋਂ ਵੀ ਤੁਸੀਂ ਕਾਫੀ ਕਵਰੇਜ ਕਰਦੇ ਹੋ। ਆ ਜਿਹੜਾ ਅਕਾਲੀਆਂ ਦਾ ਆਪਸ ਵਿੱਚ ਕਾਟੋ ਕਲੇਸ਼ ਪਿਆ, ਇਹ ਕਾਟੋ ਕਲੇਸ਼ ਤੁਹਾਨੂੰ ਪਤਾ ਵੀ ਅਕਾਲ ਤਖ਼ਤ 'ਤੇ ਪੁੱਜ ਚੁੱਕਾ ਹੈ। ਹਰ ਬੰਦਾ ਆਪਣੀ ਕੋਸ਼ਿਸ਼ ਹੈ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਆਪਣੇ ਮੁਤਾਬਕ ਕੁਛ ਨਾ ਕੁਛ ਕਰਵਾ ਲਵਾਂ। ਸੁਖਬੀਰ ਬਾਦਲ ਮਿਲਣ ਦੀ ਕੋਸ਼ਿਸ਼ 'ਚ ਨੇ ਜੀ ਜਥੇਦਾਰ ਸਾਹਿਬ ਨੂੰ, ਜਥੇਦਾਰ ਸਾਹਿਬ ਨੇ ਤਲਾਵਾਂ ਕੱਸ ਦਿੱਤੀਆਂ ਨੇ, ਬਾਗੀਆਂ ਦੀਆਂ ਵੀ ਅਤੇ ਦਾਗੀਆਂ ਦੀਆਂ ਵੀ ਜੀ। ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਗੱਲ ਹੈ ਜੀ, ਬਕਾਇਦਾ ਤੌਰ ਤੇ ਸੁਖਬੀਰ ਸਿੰਘ ਬਾਦਲ ਨੂੰ 30 ਤਰੀਕ ਨੂੰ ਜੀ 30 ਤਰੀਕ ਨੂੰ 30 ਅਗਸਤ ਨੂੰ ਅਕਾਲ ਤਖ਼ਤ ਤੋਂ ਤਨਖਾਹੀਆ ਕਰ ਦਿੱਤਾ ਜਾਂਦਾ ਤੇ 31 ਤਰੀਕ ਨੂੰ ਉਹ ਆਪਣੇ ਲਾਮ ਲਸ਼ਕਰ ਨਾਲ ਜਿਹੜੇ ਅਕਾਲ ਤਖ਼ਤ ਦੇ ਸਕੱਤਰ ਪੁੱਜਣ ਦੇ ਸਪਸ਼ਟੀਕਰਨ ਲੈਣ ਵਾਸਤੇ ਜੀ। ਅਕਾਲ ਤਖ਼ਤ ਤੋਂ ਇਹ ਕਿਹਾ ਗਿਆ ਸੀ ਵੀ ਜਿਸ ਦਿਨ ਤਖ਼ਤਾਂ ਦੇ ਜਥੇਦਾਰਾਂ ਦੀ ਮੀਟਿੰਗ ਹੋਗੀ ਉਸ ਦਿਨ ਤੁਸੀਂ ਆਇਓ ਜੀ, ਲੇਕਿਨ ਅਗਲੇ ਦਿਨ ਆ ਜਾਂਦੇ ਜੀ। ਜਿਸ ਤਰ੍ਹਾਂ ਉਹ ਆਪਣੇ ਨਾਲ ਆਪਣੀ ਫੌਜ ਨਾਲ ਲੈ ਕੇ ਆਏ, ਇਹ ਕੋਈ ਤਰੀਕਾ ਨਹੀਂ ਜੀ।
ਪਹਿਲਾਂ ਜਦੋਂ ਇਹਨਾਂ ਨੂੰ ਬਾਗੀਆਂ ਨੇ 1 ਜੁਲਾਈ 2024 ਨੂੰ ਬਕਾਇਦਾ ਤੌਰ ਤੇ ਇੱਕ ਕਬੂਲਨਾਮਾ ਦਿੱਤਾ ਸੀ ਜਿਸ ਤੋਂ ਉਹਨਾਂ ਲਿਖਿਆ ਸੀ ਵੀ ਅਸੀਂ ਵੀ ਦੋਸ਼ੀ ਆ ਜੀ, ਤੇ ਉਹਦਾ ਸਪਸ਼ਟੀਕਰਨ ਲੈਣ ਵਾਸਤੇ ਅਕਾਲ ਤਖ਼ਤ ਤੋਂ ਇੱਕ ਪੱਤਰ ਸੁਖਬੀਰ ਸਿੰਘ ਬਾਦਲ ਨੂੰ 17 ਜੁਲਾਈ ਨੂੰ ਲਿਖਿਆ ਗਿਆ ਸੀ, ਜਿਹੜਾ ਜਵਾਬ ਬਣਾ ਕੇ 24 ਤਰੀਕ ਨੂੰ ਦਿੱਤਾ ਸੀਗਾ, ਤੇ 24 ਤਰੀਕ ਨੂੰ ਸਿਰਫ 4 ਬੰਦੇ ਨਾਲ ਆਏ ਸਨ ਜੀ। ਮੈਂ ਤਾਂ ਸੋਚਦਾ ਉਹ ਵੀ ਲੋੜ ਨਹੀਂ ਜੀ, ਚਲੋ ਆ ਗਏ। ਲੇਕਿਨ ਜਿਹੜੀ 31 ਤਰੀਕ ਤੋਂ ਆਪਣਾ ਲਾਮ ਲਸ਼ਕਰ ਨਾਲ ਲੈ ਕੇ ਆਏ, ਉਹਦਾ ਲੋਕਾਂ ਨੇ ਬੁਰਾ ਮਹਿਸੂਸ ਕੀਤਾ ਵੀ ਅਜੇ ਵੀ ਤੁਹਾਡੇ ਤੋਂ ਹੈਂਕੜ ਨਹੀਂ ਗਈ, ਹਾਂਜੀ, ਅਜੇ ਵੀ ਤੁਸੀਂ ਅਕਾਲ ਤਖ਼ਤ ਨੂੰ ਨੀਵਾਂ ਦਿਖਾਉਣਾ ਚਾਹੁੰਦੇ ਹੋ ਜੀ, ਕੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਨੂੰ ਉੱਪਰੋਗੇ ਹੋ? ਮਹਾਰਾਜਾ ਰਣਜੀਤ ਸਿੰਘ ਨੂੰ ਜਦੋਂ ਦਰਬਾਰ ਨੇ ਫਤਿਹ ਨਹੀਂ ਬੁਲਾਈ ਜੀ, ਝੋਕੇ ਨਿਮਸਕਾਰ ਤੇ ਕਰਤੀ, ਫਤਿਹ ਨੇ ਬੁਲਾਈ ਤੋਂ ਕਹਿੰਦਾ ਮੈਨੂੰ ਫਤਿਹ ਨੇ ਬੁਲਾਈ, ਕਹਿੰਦਾ ਜੀ ਤੁਸੀਂ ਫਤਿਹ ਦੇ ਹੱਕਦਾਰ ਨਹੀਂ ਰਹੇ ਜੀ, ਤੁਸੀਂ ਅਕਾਲ ਤਖ਼ਤ ਦੇ ਘੋੜੇ ਹੋ, ਜਾਓ ਜਾ ਕੇ ਪਹਿਲਾਂ ਜਾ ਕੇ ਪੇਸ਼ ਹੋ ਜੀ। ਉੱਥੋਂ ਹੀ ਆਪਣੇ ਘੋੜੇ ਦੀ ਵਾਗਾ ਜਿਹੜੀ ਅਸੀਂ ਬਕਾਇਦਾ ਤੌਰ ਤੇ ਅੰਮ੍ਰਿਤਸਰ ਨੂੰ ਮੋੜਨੀ ਆ ਜੀ। ਜਦੋਂ ਅੰਮ੍ਰਿਤਸਰ ਬਕਾਇਦਾ ਤੌਰ ਤੇ ਪੁੱਜਦਾ ਤੇ ਅੰਮ੍ਰਿਤਸਰ ਦੀ ਅਦੂਰ ਦੇ ਉੱਤੇ ਆ ਕੇ ਆਪਣੇ ਘੋੜੇ ਤੇ ਉੱਤਰਦਾ, ਨੰਗੇ ਪੈਰੀ ਗਲ ਚ ਪੱਲਾ ਪਾ ਕੇ ਸਤਨਾਮ ਵਾਹਿਗੁਰੂ ਜਪ ਕਰਦਾ ਕਲ ਤੱਕ ਜੀ, ਇਹ ਸੀ ਨਿਮਰਤਾ ਜੀ, ਇਹ ਸੀ ਸਮਰਪਣ ਭਾਵਨਾ। ਤੇ ਤੁਸੀਂ ਤੇ ਆਪਣੀਆਂ ਗੱਡੀਆਂ ਕਾਲ ਤਖ਼ਤ ਦੇ ਬੂਹੇ ਤੱਕ ਲੈ ਕੇ ਆਏ ਹੋ ਜੀ, ਕਿੱਧਰ ਦੀ ਤੁਹਾਡੀ ਸਿਆਣਪ ਹੈਗੀ ਹੈ ਜੀ। ਚਲੋ ਜਥੇਦਾਰ ਸਾਹਿਬ ਦੇ ਨਹੀਂ ਮਿਲੇ ਉਹਨਾਂ ਨੂੰ, ਉਹਨਾਂ ਦੇ ਇੱਕ ਜਿਹੜਾ ਦਫ਼ਤਰ 'ਚ ਬੈਠਾ ਸੀ ਕਾਰਕੁਨ ਉਹਨੂੰ ਇਹ ਆਪਣਾ ਚਿੱਠੀ ਦੇ ਕੇ ਵਾਪਸ ਚਲੇ ਗਏ ਵੀ ਅਸੀਂ ਸਮਾਂ ਲੈਣਾ ਚਾਹੁੰਦੇ ਤਾਂ ਕਦੀ ਕਦੋਂ ਆਈਏ ਜੀ, ਜਲਦੀ ਵੇਖੋ ਚੀਮਾ ਸਾਹਿਬ ਕਹਿੰਦੇ ਜਲਦੀ ਕਰ ਦਿਓ ਜੀ। ਅੱਛਾ ਜੀ, ਡਾਕਟਰ ਦਲਜੀਤ ਸਿੰਘ ਚੀਮਾ ਦੇ ਸ਼ਬਦ ਜਲਦੀ ਕਰ ਦਿਓ ਸੀ ਕਿ ਜਥੇਦਾਰ ਲੈ ਦੱਸੋ ਅਸੀਂ ਕਿਹਾ ਜਥੇਦਾਰ ਨੂੰ ਦੱਸੋ। ਵੇਖੋ ਫਿਰ ਉਹੀ ਐਂਕੜਬਾਜ਼ੀ, ਉਹੀ ਵੀ ਤੁਸੀਂ ਜਾਣ ਕੇ ਆਪਣਾ ਜਿਹੜਾ ਕੰਮ ਜੇ ਸਵਾਰਨਾ ਵੀ ਤਾਂ ਵਿਗਾੜਨ ਆਏ ਹੋ। ਵੇਖੋ ਰੱਬ ਜਦੋਂ ਕਿਤੇ ਆਉਂਦੇ ਨਾ ਬੇੜਾ ਗਰਕ ਕਰਨਾ ਵੇ, ਉਹ ਸੱਟ ਨੀ ਮਾਰਦਾ, ਉਹ ਮਾਤੀ ਮਾਰਦਾ। ਬਿਲਕੁਲ ਜੀ, ਇਹਨਾਂ ਦੀ ਮੱਤ ਮਰੀ ਪਈ ਇਹਨਾਂ ਦੀ, ਖਾ ਖਾ ਕੇ ਰੋਟੀਆਂ ਲੰਗਰ ਦੀਆਂ ਜੀ। ਹੁਣ ਚਲੋ ਉਹ ਵੀ ਗੱਲ ਹੋ ਗਈ। ਜਥੇਦਾਰ ਅਕਾਲ ਤਖ਼ਤ ਨੇ ਇਹ ਗੱਲ ਅਸੀਂ ਆਪਣੇ ਪ੍ਰੋਗਰਾਮ ਦੇ ਵਿੱਚ 30 ਤਰੀਕ ਨੂੰ ਕਹੀ ਸੀ ਕਿ ਸਾਨੂੰ ਉਮੀਦ ਸੀ ਕਿ ਜਥੇਦਾਰ ਅਕਾਲ ਤਖ਼ਤ ਇਹਨਾਂ ਦੇ ਸਾਰਿਆਂ ਦੇ ਬਿਆਨਬਾਜ਼ੀ ਤੇ ਰੋਕ ਲਾਏਗਾ ਜੀ। ਲੇਕਿਨ ਜਥੇਦਾਰ ਦੇ ਪਤਾ ਨੀ ਹੱਥ ਤੋਂ ਕੰਮ ਦੇ ਸੀ ਤੇ 1.5 ਮਿੰਟ ਦੇ ਵਿੱਚ ਆਪਣੀ ਉਹ 2 ਲਫ਼ਜ਼ ਕਹਿ ਕੇ ਗਾਂ ਜਾਂਦਾ ਰਿਹਾ। ਦੱਸੋ ਹੁਣ ਦੱਸ ਜਾਂਦੀ ਹਰਪ੍ਰੀਤ ਸਿੰਘ ਜੀ, ਉਹ ਪਹਿਲਾਂ ਭੂਮਿਕਾ ਬੰਨਦਾ, ਹਾਂਜੀ ਭੂਮਿਕਾ ਬੰਨਣ ਤੋਂ ਬਾਅਦ ਆਪਣਾ ਆਦੇਸ਼ ਦਿੰਦਾ ਵੀ ਮੇਰਾ ਆਦੇਸ਼ ਇਹ ਜੀ। ਚਲੋ ਖੈਰ ਉਹ ਵੀ ਗੱਲ ਮੁੱਕ ਜਾਂਦੀ ਹੈ। ਹੁਣ ਜਥੇਦਾਰ ਨੇ ਅੱਜ ਬਕਾਇਦਾ ਤੌਰ ਤੇ ਇਹ ਗੱਲ ਕਹੀ ਹੈ ਵੀ ਆਹ ਜਿਹੜਾ ਮਾਮਲਾ ਅਕਾਲ ਤਖ਼ਤ ਤੇ ਚੱਲਦਾ ਇਹਦੇ ਸੰਬੰਧੀ ਇੱਕ ਦੂਜੇ ਤੇ ਦੂਸ਼ਣ ਟਿੱਪਣੀਆਂ ਨਾ ਕੀਤੀਆਂ ਜਾਣ, ਠੀਕ ਹੈ ਜੀ, ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ। ਤੇ ਬਹੁਤ ਵਧੀਆ ਬਿਆਨ, ਚੰਗੀ ਗੱਲ ਹੈ, ਬਹੁਤ ਵਧੀਆ ਆਦੇਸ਼ ਹੈ, ਬਹੁਤ ਵਧੀਆ। ਉਹਦੇ ਵਿੱਚ ਇੱਕ ਕੌਮ ਨੂੰ ਵੀ ਸੇਧ ਮਿਲੇਗੀ ਤੇ ਇਹਨਾਂ ਨੂੰ ਪਤਾ ਲੱਗੇਗਾ ਵੀ ਕਿੱਥੇ ਖੜੇ ਨੇ, ਕਿੱਥੇ ਖੜੇ। ਹਾਂਜੀ ਚਲੋ, ਉਹਦੇ ਚ ਸ਼੍ਰੋਮਣੀ ਕਮੇਟੀ ਨੇ ਵੀ ਉਹਨਾਂ ਦਾ ਸਵਾਗਤ ਕੀਤਾ ਤੇ ਬਾਗੀਆਂ ਨੇ ਵੀ ਕੀਤਾ ਤੇ ਦਾਗੀਆਂ ਨੇ ਵੀ ਕੀਤਾ ਜੀ, ਅਕਾਲੀ ਦਲ ਨੇ ਵੀ ਕੀਤਾ ਵੀ ਜਥੇਦਾਰ ਸਾਹਿਬ ਦੇ ਵਧੀਆ ਉਹਨਾਂ ਨੇ ਆਪਣੇ ਜਿਹੜੀ ਸੀ ਇਹ ਸੰਦੇਸ਼ ਦਿੱਤਾ ਵਾ ਜੀ। ਲੇਕਿਨ ਸਵਾਲ ਇਹ ਪੈਦਾ ਹੁੰਦਾ ਵੀ ਹੁਣ ਸੁਖਬੀਰ ਸਿੰਘ ਬਾਦਲ ਨੂੰ ਤਨਖਾਹ ਕਿੱਦਾਂ ਦੀ ਲਾਈ ਜਾਊਗੀ? ਹਾਂ, ਮਸਲਾ ਤਾਂ ਇੱਥੇ ਖੜਾ ਹੁੰਦਾ, ਮਸਲਾ ਇੱਥੇ ਖੜਾ। ਲੋਕ ਤੇ ਵੇਖੋ ਕਹਿੰਦੇ ਜੀ ਇਹਨੂੰ ਫਾਂਸੀ ਲਾ ਦੇ, ਵੇਖੋ ਫਾਂਸੀ ਥੋੜਾ ਲਾਉਣੀ ਹੈ, ਉਹ ਬਖਸ਼ਿੰਦ ਰੱਖਦਾ, ਇਸ ਕਰਕੇ ਉੱਥੋਂ ਬਖਸ਼ੇ ਜਾਂਦੇ ਨੇ।
ਜਿਹੜਾ ਬੰਦਾ ਇੱਥੇ ਆਉਂਦਾ ਬਖਸ਼ਿਆ ਜਾਂਦਾ, ਹਾਂ ਤਨਖਾਹ ਲਾਈ ਜਾਂਦੀ ਆ। ਜਿਸ ਤਰੀਕੇ ਨਾਲ ਬਰਨਾਲਾ ਸਾਹਿਬ ਦੇ ਗੱਲ 'ਚ ਬਕਾਇਦਾ ਤੌਰ 'ਤੇ ਫੱਟੀ ਪਾਈ ਸੀ, ਮੈਂ ਪਾਪੀ ਤੂੰ ਬਖਸ਼ਣ, ਉਹ ਫੱਟੀ ਅੱਜ ਵੀ ਪਈ ਆ ਉੱਥੇ, ਪਈ ਆ ਉਹ ਪੈ ਸਕਦੀ ਆ, ਪੈ ਸਕਦੀ ਆ। ਗਗਨਦੀਪ ਬਰਨਾਲਾ ਆਪਣੀ ਇੱਕ ਇੰਟਰਵਿਊ 'ਚ ਕਹਿੰਦਾ ਜੀ, ਕਹਿੰਦਾ ਜਦੋਂ ਮੇਰੇ ਫਾਦਰ ਨੂੰ ਥੰਮ ਨਾਲ ਬੰਨਿਆ ਗਿਆ ਸੀ, ਫੱਟੀ ਗੱਲ 'ਚ ਪਈ ਗਈ ਸੀ, ਅਤੇ ਜਿਹੜਾ ਜਥੇਦਾਰ ਸੀ ਤੂੰ ਤੂੰ ਕਰਕੇ ਗੱਲ ਕਰਦਾ ਜੀ। ਭਾਈ ਜਦੋਂ ਬੰਦਾ ਤਨਖਾਹੀਆ ਕਰਾ ਦਿੰਦਾ ਉਹਦੇ ਨਾਲ ਸਰਦਾਰ ਲੈ ਜਾਂਦਾ, ਲੈ ਜਾਂਦਾ ਉਦੋਂ ਨਿਰਾ ਰਹਿ ਜਾਂਦਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਵੀ ਦਿੰਦਾ ਜੀ, ਬੂਟਾ ਸਿੰਘ ਹੋਰੀ ਅਕਾਲ ਤਖ਼ਤ ਤੇ ਪੇਸ਼ ਹੁੰਦੇ ਆ ਤੇ ਗਿਆਨੀ ਕੇਵਲ ਸਿੰਘ ਤਖ਼ਤ ਸ੍ਰੀ ਦਮਨਾਮ ਸਿੰਘ ਜਥੇਦਾਰ ਜਦੋਂ ਸੰਬੋਧਨ ਕਰਦੇ ਉਹ ਸਰਦਾਰ ਕਹਿ ਦਿੰਦੇ, ਉਸੇ ਵੇਲੇ ਦਰਸ਼ਨ ਹੁੰਦਾ ਉਸੇ ਵੇਲੇ। ਅੱਛਾ ਜੀ, ਕਿ ਗਲਤ ਸਰਦਾਰ ਨਹੀਂ ਕਹਿ ਸਕਦੇ ਤੁਸੀਂ ਜੀ। ਇਹ ਹੁਣ ਆਪਣੀ ਤਨਖਾਹ ਪੂਰੀ ਕਰੂਗਾ, ਖੇਮਾ ਜਾਚਨਾ ਕਰੂਗਾ, ਆਪਣੀ ਅਰਦਾਸ ਕਰੂਗਾ ਖੇਮਾ ਜਾਚਨੀ, ਤੇ ਫਿਰ ਪੰਚ ਚਮੂਲੇ ਫਿਰ ਤੁਸੀਂ ਸਰਦਾਰ ਕਹਿ ਸਕਦੇ ਹੋ ਜੀ। ਹੁਣ ਬਰਨਾਲਾ ਗਗਨਜੀਤ ਬਰਨਾਲਾ ਕਹਿੰਦਾ ਵੀ ਜਦੋਂ ਬਰਨਾਲਾ ਸਾਹਿਬ ਨੂੰ ਥੰਮ ਨਾ ਬੱਧਾ ਤੇ ਮੇਰੀਆਂ ਅੱਖਾਂ ਚ ਗੱਡੂ ਵਗਦੇ ਸੀ। ਅੱਛਾ, ਹੋ ਕੀ ਰਿਹਾ ਜੀ, ਕਿਉਂ ਹੋ ਰਿਹਾ? ਛੋਟੀ ਉਮਰ ਸੀ, 25 ਸਾਲ ਦੀ ਕਹਿੰਦਾ ਮੇਰੀ ਉਮਰ ਸੀ ਜੀ। ਕਹਿੰਦਾ 5 ਦਸੰਬਰ ਦਾ ਦਿਨ ਸੀ, 5 ਦਸੰਬਰ 1988 ਜੀ, ਕਿਉਂ ਮਈ ਚ ਇਹਨਾਂ ਦੀ ਸਰਕਾਰ ਟੁੱਟਦੀ ਆ ਤੇ ਫਿਰ ਉਦੋਂ ਬਾਅਦ ਹੀ ਆ ਕੇ ਪੇਸ਼ ਹੁੰਦੇ। ਹਾਂਜੀ, ਤੇ ਮੈਂ ਵੀ ਸਪਸ਼ਟ ਕਰਦਿਆਂ ਵੀ ਬਰਨਾਲਾ ਸਾਹਿਬ ਨੂੰ ਬਕਾਇਦਾ ਤੌਰ ਤੇ ਜਿਹੜੀ ਪੇਸ਼ ਕੀਤਾ ਗਿਆ ਸੀ ਉਹਨਾਂ ਨੂੰ ਅੰਦਰ ਜਿਹੜੇ ਸੀ ਉਹ ਪੁਲਿਸ ਭੇਜਣ ਕਰਕੇ ਨੀ ਤਲਬ ਕੀਤਾ ਗਿਆ ਸੀ। ਅੱਛਾ ਜੀ, ਉਹਨਾਂ ਨੂੰ ਤਲਬ ਕੀਤਾ ਗਿਆ ਸੀ 87 ਚ ਇਹਨਾਂ ਕਿਹਾ ਸੀ ਵੀ ਸਾਰੇ ਅਕਾਲੀ ਦਲ ਆਪਣੇ ਅਸਤੀਫੇ ਦੇ ਦਿਓ, ਹਾਂਜੀ ਪ੍ਰਧਾਨ ਦੇ ਦਿਓ ਤਾਂ ਕਿ ਪੰਥਕ ਏਕਤਾ ਕੀਤੀ ਜਾਵੇ ਜੀ। ਤੇ ਬਰਨਾਲਾ ਸਾਹਿਬ ਨੇ ਕਿਹਾ ਸੀ ਮੈਂ ਮੁੱਖ ਮੰਤਰੀ ਹਾਂ, ਨਾਲ ਅਕਾਲੀ ਦਲ ਦਾ ਪ੍ਰਧਾਨ ਆ, ਸਾਡੀ ਇੱਕ ਪਰੰਪਰਾ ਵਾ ਵੀ ਅਸੀਂ ਜਦੋਂ ਕਿਤੇ ਅਸਤੀਫਾ ਦੇਣਾ ਤੇ ਸਾਡੀ ਵਰਕਿੰਗ ਕਮੇਟੀ ਦੀ ਮੀਟਿੰਗ ਹੁੰਦੀ ਹੈ ਜੀ, ਉਹਦੀ ਪਰਮਿਸ਼ਨ ਨਾਲ ਅਸਤੀਫਾ ਦਿੰਦੇ ਹਾਂ। ਉਹਨਾਂ ਅਸਤੀਫਾ ਦਿੰਦੇ, ਉਸ ਕੇਸ ਤਲਬ ਕੀਤਾ ਗਿਆ ਸੀ ਉਹਨਾਂ ਨੂੰ ਜੀ। ਉਸ ਕੇਸ 'ਚ ਗਗਨਦੀਪ ਬਰਨਾਲਾ ਕਹਿੰਦਾ ਵੀ ਜਦੋਂ ਮੈਂ ਬਕਾਇਦਾ ਤੌਰ 'ਤੇ ਨਾ ਸਮਰਪਿਤ ਭਾਵਨਾ ਦੀ ਗੱਲ ਕਰ ਲਾਂਗਾ, ਹਾਂਜੀ ਕਹਿੰਦੇ 5 ਦਸੰਬਰ 1988 ਨੂੰ ਤੇ ਮੇਰੇ ਫਾਦਰ ਸਾਹਿਬ ਜਿਹੜੇ ਉਹਨਾਂ ਲੋਈ ਦੀ ਬੁੱਕਣ ਮਾਰੀ ਸੀਗੀ ਜੀ, ਛਾਲ ਕਿਹਾ ਉਹਨਾਂ ਨੇ, ਤੇ ਉੱਪਰ ਦੀ ਬਕਾਇਦਾ ਤੌਰ ਤੇ ਫੱਟੀ ਉਹਨਾਂ ਨੇ ਗੱਲ ਸੀ ਤੇ ਕਿਹਾ ਗਿਆ ਸੀਗਾ ਵੀ 21 ਦਿਨ ਸੇਵਾ ਤੁਸੀਂ ਕਰਨੀ ਹੈ, 7 ਦਿਨ ਕੇਸਗੜ੍ਹ ਸਾਹਿਬ, 7 ਦਿਨ ਦਮਦਮਾ ਸਾਹਿਬ ਜੀ, ਤੇ 21 ਦਿਨ ਇਹ ਫੱਟੀ ਗੱਲ 'ਚ ਪਾ ਕੇ ਰੱਖਣੀ ਹੈ ਜੀ। ਉਹ ਕਹਿੰਦਾ ਜਦੋਂ ਅਸੀਂ ਪਰਿਕਰਮਾ ਕਰਨ ਗਏ ਜੀ ਤੇ ਦੁੱਖ ਭੰਜਣੀ ਬੇਰੀ ਕੋਲੇ ਗਏ ਤੇ ਮੈਂ ਆਪਣੇ ਫਾਦਰ ਦੀ ਜਿਹੜੀ ਛਾਲ ਸੀ ਉਹ ਫੱਟੀ ਦੇ ਉੱਪਰ ਵੀ ਕਰ ਜੀ। ਕਹਿੰਦਾ ਮੈਨੂੰ ਕੁਛ ਕਿਹਾ ਨੀ, ਉਹ ਮੁਸਕਰਾਏ, ਹਾਂਜੀ ਬਾਪ ਫਿਰ ਵੀ ਬਾਪ ਦਾ ਤੇ ਬੇਟੇ ਦਾ ਸੰਬੰਧ ਹੁੰਦਾ ਇੱਕ, ਫੱਟੀ ਫਿਰ ਉੱਪਰ ਦੀ ਕਰ ਲਈ, ਇਹ ਸਮਰਪਣ ਭਾਵਨਾ ਹੈ ਜੀ ਵੀ ਅਕਾਲ ਤਖ਼ਤ ਦਾ ਹੁਕਮ ਅਸੀਂ ਸਿਰ ਮੱਥੇ ਮੰਨਦੇ ਜੀ। ਉਸ ਤੋਂ ਬਾਅਦ ਵੀ ਸੁਣਦੇ ਰਹੇ ਉਹਨਾਂ ਨੂੰ, ਕਈ ਵਾਰੀ ਸਪੀਚ ਹੁੰਦੀ ਸੀ ਤਾਂ ਉਹ ਕਹਿੰਦੇ ਸੀ ਮੈਂ ਵੀ ਕਿਸੇ ਵੇਲੇ ਭਗੌੜਾ ਕਹਿ ਦਿੰਦੇ ਸੀ, ਉਹ ਮੈਂ ਵੀ ਕਿਸੇ ਵੇਲੇ ਗਲਤ ਟਰੈਕ ਤੇ ਚੜ ਗਿਆ, ਲੇਕਿਨ ਇਹ ਤਖ਼ਤ ਦੇ ਉੱਤੇ ਮੈਨੂੰ ਤਨਖਾਹ ਲੱਗੀ ਤੇ ਮੈਂ ਵਾਪਸ ਤਖ਼ਤ ਉੱਪਰ ਜੀ। ਤੁਹਾਨੂੰ ਪਤਾ ਹੋਏਗਾ ਉਸ ਤੋਂ ਬਾਅਦ ਫਿਰ ਗਵਰਨਰ ਵੀ ਬਣ ਗਏ ਸੀ ਬਰਨਾਲਾ, ਬਣੇ ਜੀ ਬਣੇ ਤਾਮਿਲਨਾਡੂ, ਇਸ ਕਰਕੇ ਸਰਦਾਰ ਸਰਦਾਰ ਨੀ ਕਹਿੰਦੇ ਹੋਣੇ ਸੀ, ਸੁਖਬੀਰ ਸਿੰਘ ਬਾਦਲ ਹੀ ਕਹਾਂਗੇ, ਸੋਰੀ ਹਾਂਜੀ, ਸੁਖਬੀਰ ਸਿੰਘ ਬਾਦਲ ਨੂੰ ਹੁਣ ਚਾਹੀਦਾ ਵੀ ਜਿਹੜੇ ਬਰਨਾਲਾ ਸਾਹਿਬ ਕੁਛ ਸਿੱਖ ਲਵੇ, ਚੰਗੀ ਗੱਲ ਹੈ, ਬੂਟਾ ਸਿੰਘ ਕੋਲ ਸਿੱਖ ਲਵੇ ਕੁਛ, ਬਾਕੀ ਜੇ ਕਿਤੇ ਉਹੀ ਪ੍ਰਕਿਰਿਆ ਅਡੋਪਟ ਕੀਤੀ, ਲੇਕਿਨ ਜਹਿਦਰ ਦਾ ਭਾਰ ਪੈ ਜਿਹੜੇ ਪੈਰ ਸਿਰ ਭਾਰ ਨਾ ਚੁੱਕਣ ਸੁਖਬੀਰ ਸਿੰਘ ਬਾਦਲ ਥੰਮ ਨਾ ਬੰਨਣ ਦੇ ਜੀ, ਲੇਕਿਨ ਜਿਹੜੀ ਆ ਇਹ ਪ੍ਰਕਿਰਿਆ ਜਦੋਂ ਸ਼ੁਰੂ ਕੀਤੀ ਸੀ ਪੂਰੀ ਕੀਤੀ ਜਾਵੇ ਤੇ ਲੋਕਾਂ ਨੂੰ ਥੋੜੀ ਜਿਹੀ ਸ਼ਾਂਤੀ ਮਹਿਸੂਸ ਹੋਊ ਜੀ।
ਦਾਨੇ ਵਾਲੀ ਸਾਹਿਬ ਅਕਾਲ ਤਖ਼ਤ ਤੇ ਪੇਸ਼ ਹੋਣ ਨਾਲ ਆਮ ਪਿੰਡਾਂ ਦੇ ਲੋਕਾਂ ਚ ਇੱਕ ਧਾਰਨਾ ਪਾਈ ਜਾਏਗੀ ਵੀ ਸੁਖਬੀਰ ਸਿੰਘ ਬਾਦਲ ਆਪਣੇ ਗੁਨਾਹਾਂ ਦੀ ਮਾਫ਼ੀ ਜਿਹੜਾ ਉਹ ਮੰਗ ਰਿਹਾ ਕੱਲ ਜੀ। ਲੇਕਿਨ ਜਾਗਰੂਕ ਸਿੱਖ ਨੂੰ ਜਾਗਰੂਕ ਸਭ ਕਰਦੇ ਰਹਿਣਗੇ ਵੀ ਇਹਨੇ ਮਾਫ਼ੀ ਮੰਗੀ ਹੈ, ਇਹਦੇ ਤਰੀਕੇ ਤੇ ਸਲੀਕੇ ਨਾਲ ਨਹੀਂ ਮੰਗੀ ਇਹਨੇ ਜੀ। ਉਹ ਵਿਰੁੱਧ ਵੀ ਆਪਣੀਆਂ ਗੱਲਾਂ ਕਰਦੇ ਰਹਿਣਗੇ ਜੀ। ਹੁਣ ਚਾਹੀਦਾ ਕੀ ਆ, ਜਹੇਦਾਰ ਸਾਹਿਬ ਨੂੰ ਸਾਡੀ ਇੱਕ ਬੇਨਤੀ ਇਸ ਮੰਚ ਤੋਂ ਜੀ, ਜਿਹੜੇ ਲੋਕਾਂ ਨੇ ਬਕਾਇਦਾ ਤੌਰ ਤੇ 92 ਲੱਖ ਦੇ ਇਸ਼ਤਿਹਾਰ ਪਾਸ ਕੀਤੇ ਸੀ ਉਹਨਾਂ ਨੂੰ ਤਲਬ ਕਿਤੋਂ, ਜੇ ਮੱਕੜ ਮਰ ਗਿਆ ਬਾਕੀ ਤੇ ਜਿਉਂਦੇ ਆ ਨਾ ਜੀ, ਜਿਹੜੀ ਬਾਕੀ ਰਿਜੈਕਟਰ ਸੀ ਉਹ ਜਿਉਂਦੀ ਅਜੇ ਤੱਕ ਜੀ, ਕਰੋ ਤਾਂ ਪੁੱਛੋ ਨਾ ਤੁਸੀਂ ਕਿਵੇਂ ਪ੍ਰਵਾਨਗੀ ਦਿੱਤੀ ਜੀ। ਨਾਨਕ ਸ਼ਾਹੀ ਕੈਲੰਡਰ ਦੇ ਜਦੋਂ ਇਹਨਾਂ ਨੇ ਸੋਧਿਆ ਕੈਲੰਡਰ ਲਾਗੂ ਕੀਤਾ ਨਾ ਜੀ, ਉਦੋਂ 2 ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਸੁਖਦੇਵ ਸਿੰਘ ਪੌਰ ਬਕਾਇਦਾ ਤੌਰ ਤੇ ਬਾਈਕਟ ਕਰਕੇ ਚਲੇ ਗਏ ਜੀ, ਤੇ ਤੁਸੀਂ ਇੱਕ ਸਾਡਾ ਕੈਲੰਡਰ ਬਣਿਆ ਹੋਇਆ ਬੇੜਾ ਗਰਕ ਕਰ ਰਹੇ ਹੋ। ਤੇ ਮੱਕੜ ਸਾਹਿਬ ਪ੍ਰਧਾਨ ਸੀ, ਉਹ ਕਹਿੰਦੇ ਸਰਬਸੰਮਤੀ ਚ ਹੋਇਆ। ਮੈਂ ਕਿਹਾ ਜੀ 2 ਮੈਂਬਰ ਤੇ ਛੱਡ ਕੇ ਚਲੇ ਗਏ, ਤਾਂ ਬਹੁਤ ਸੰਮਤੀ ਲਿਖਦੇ ਸਰ ਜੀ, ਮਤਲਬ ਜਿਹਨਾਂ ਦੀ ਜ਼ਮੀਰ ਜਾਗਦੀ ਜਾਗਦੀ ਉਹਨਾਂ ਦੀ ਜੀ। ਇਸ ਕਰਕੇ ਉਹ ਜਿਹੜੇ ਵਕੀਲ ਜਿਹੜੇ ਬਕਾਇਦਾ ਤੌਰ ਤੇ ਅਜੈਕਟਿਵ ਮੈਂਬਰ ਸੀ ਉਹ ਖੁਦ ਹੀ ਪੇਸ਼ ਹੋਣ ਚੰਗੀ ਗੱਲ ਆ ਜੀ, ਤੇ ਜੇ ਨਹੀਂ ਪੇਸ਼ ਹੁੰਦੇ ਤੇ ਜਹੇਦਰ ਨੂੰ ਬੁਲਾਉਣਾ ਚਾਹੀਦਾ, ਤੁਸੀਂ ਦੱਸੋ ਵੀ ਤੁਸੀਂ ਕਿਉਂ ਨੀ ਦਿੱਤੇ। ਤੇ ਇਹ ਸਿਰਫ ਉਹਨਾਂ ਨੇ ਇੱਕ ਚਿੱਠੀ ਲਿਖੀ ਜੀ, ਲਿਖ ਕੇ ਭੇਜਤਾ ਜੀ, ਇਹ ਤੇ ਵੇਖੋ ਮੱਕੜ ਸਾਹਿਬ ਨੇ ਸਿਰ ਦੱਸਿਆ ਆਪਣੇ ਲੈਵਲ ਤੇ, ਉਹ ਤਾਂ ਦੁਨੀਆਂ ਤੇਰੇ ਦੱਸੀ ਕੀ ਕਰ, ਇਹ ਗੱਲ ਬਣਦੀ ਨੀ। ਉਦੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਕਾਇਦਾ ਤੌਰ ਤੇ ਹਰਜਿੰਦਰ ਸਿੰਘ ਧਾਮੀ ਵੀ ਸੀਗੀ ਜੀ, ਕੀ ਇਹਨਾਂ ਆਪਣਾ ਡਿਸਿਜਨ ਨੂੰ ਦਿੱਤਾ ਉੱਥੇ ਕਿ ਤੁਸੀਂ ਗਲਤ ਕਰ ਰਹੇ ਹੋ ਜੀ। ਜੇ ਇਹ ਨਹੀਂ ਦਿੱਤਾ ਤੇ ਫਿਰ ਇਹਨਾਂ ਵੀ ਆਪਣੀ ਜ਼ਿੰਮੇਵਾਰੀ ਸਹੀ ਤਰੀਕੇ ਨਾਲ ਨਹੀਂ ਨਿਭਾਈ ਜੀ, ਇਹਨਾਂ ਨੂੰ ਨਿਭਾਉਣੀ ਚਾਹੀਦੀ ਸੀ। ਇਹ ਨਹੀਂ ਗੱਲ, ਕਈ ਲੋਕਾਂ ਨੇ ਵਿਰੋਧ ਕੀਤਾ ਸੀ, ਭੌਰ ਵਰਗਿਆਂ ਵਗੈਰਾ ਦੌਰ ਵਿਰੋਧ ਕੀਤਾ ਸੀ, ਗਲਤ ਹੋ ਰਿਹਾ ਜੀ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਜੇ ਤੁਸੀਂ ਅੱਜ ਬਾਕੀ ਅਕਾਲੀ ਲੀਡਰਾਂ ਦੀ ਗੱਲ ਕਰਦੇ ਹੋ ਤੇ ਇਹਨਾਂ ਨੂੰ ਵੀ ਬਕਾਇਦਾ ਤੌਰ ਤੇ ਕੱਲ ਤੱਕ ਰਿਜੈਕਟਰ ਨੂੰ ਬੁਲਾਓ, ਭਾਈ ਤੁਸੀਂ ਦੱਸੋ ਵੀ ਕਿਉਂ ਦਿੱਤੇ ਗਏ ਇਸ਼ਤਿਹਾਰ, ਤੁਹਾਨੂੰ ਕੀ ਸਜ਼ਾ ਲਈ ਜਾਵੇ ਜੀ। ਇੱਥੇ ਪਰਮਜੀਤ ਸਿੰਘ ਸਰਨਾ ਹੋਰੀ ਇੱਕ ਪ੍ਰੈਸ ਨੋਟ ਭੇਜਦੇ ਨੇ ਜੀ, ਕਹਿੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਵੀਰ ਸਿੰਘ ਰੋਡੇ, ਜੋ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਵੀ ਹਨ ਅਤੇ ਇਸੇ ਕਾਰਨ ਪੰਥ ਵਿੱਚ ਸਦਾ ਉਹਨਾਂ ਨੂੰ ਮਾਣ ਮਿਲਦਾ ਰਿਹਾ, ਉਹਨਾਂ ਵੱਲੋਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਵਿਖੇ ਕਥਾ ਕਰਦਿਆਂ ਤਖਤਾਂ ਦੇ ਸਿੰਘ ਸਾਹਿਬਾਨਾਂ ਅਤੇ ਪੰਥ ਦੀਆਂ ਹੋਰ ਸਤਿਕਾਰਤ ਸੰਸਥਾਵਾਂ ਉੱਪਰ ਕਈ ਤਰ੍ਹਾਂ ਦੇ ਤੰਜ਼ ਕੱਸਦਿਆਂ ਸਵਾਲ ਉਠਾਏ ਨੇ, ਜੋ ਖੁਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹਿ ਚੁੱਕਿਆ ਹੋਵੇ ਅਤੇ ਹੁਣ ਉਹ ਆਪ ਸ੍ਰੀ ਅਕਾਲ ਤਖਤ ਦੇ ਜਥੇਦਾਰ ਦੀ ਭੂਮਿਕਾ 'ਤੇ ਸਵਾਲ ਕਰੇ ਤਾਂ ਕੌਮ ਨੂੰ ਸੇਧ ਕਿੱਥੋਂ ਮਿਲੇਗੀ ਜੀ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ, ਉਹਨਾਂ ਦਾ ਹੱਕ ਬਣਦਾ, ਜੇ ਉਹਨਾਂ ਨੇ ਸਵਾਲ ਉਠਾਏ ਤੇ ਉਹਨਾਂ ਦੀ ਲੋਚਨਾ ਕਰਨ ਦਾ ਫਰਜ਼ ਵੀ ਬਣਦਾ ਵਾ ਜੀ। ਭਾਈ ਜਸਵੀਰ ਸਿੰਘ ਰੋਡੇ ਜੀ, ਜਦੋਂ ਬਾਦਲਾਂ ਦੀ ਸਰਕਾਰ ਸੀ ਉਦੋਂ ਬਾਦਲਾਂ ਦੀ, ਜਦੋਂ ਕੈਪਟਨ ਦੀ ਸਰਕਾਰ ਸੀ ਉਦੋਂ ਕੈਪਟਨ ਨਾਲ ਜੀ। ਅੱਜ ਕੱਲ ਮਾਰਨਾ ਵੀ ਪਿੱਛਾ ਪਈ, ਸਾਰਾ ਚੱਲ ਜਿੱਥੇ ਜੀ ਜਾ ਕਰਦਾ ਫਿੱਟ ਕਰ ਲੈਂਦੇ। ਭਾਈ ਜਸਵੀਰ ਸਿੰਘ ਰੋਡੇ ਜੇਲ੍ਹ ਦੇ ਵਿੱਚ ਸੀ ਜਦੋਂ ਇਹਨਾਂ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਇਆ ਗਿਆ ਸੀ। ਮੈਂ ਦਾਨੇ ਵਾਲੀ ਸਾਹਿਬ ਥੋੜ੍ਹੀ ਗੱਲ ਸਪਸ਼ਟ ਕਰਦੇ ਇੱਥੇ ਜੀ, ਸਾਡੇ ਵੀਰ ਕਹਿੰਦੇ ਆ ਵੀ 26 ਜਨਵਰੀ 1986 ਨੂੰ ਜਦੋਂ ਚੰਡੀਗੜ੍ਹ ਪੰਜਾਬ ਨੂੰ ਵਹਿਦੇ ਮੁਤਾਬਕ ਨਹੀਂ ਦਿੱਤਾ ਗਿਆ ਸੀ ਤੇ ਬਰਨਾਲਾ ਸਾਹਿਬ ਨੂੰ ਅਸਤੀਫਾ ਦਿੱਤਾ ਸੀ ਜੀ, 26 ਜਨਵਰੀ 1986 ਦੀ ਬਜਾਏ ਤੁਸੀਂ ਵੀਰੋ 29 ਅਪ੍ਰੈਲ 1986 ਨੂੰ ਪੰਥਕ ਕਮੇਟੀ ਬਣਾ ਕੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਜੀ।
ਉਹਨੂੰ ਪ੍ਰਵਾਨਗੀ 26 ਜਨਵਰੀ ਸੈਸ਼ਨ ਦਿੱਤੀ ਸੀ ਤੇ ਸਰਕਾਰ ਤੁਹਾਨੂੰ ਚੰਡੀਗੜ੍ਹ ਕਿਉਂ ਦੇ ਜੀ? ਜਾਂ ਤੇ ਤੁਸੀਂ ਉਹਨੂੰ ਮੰਨ ਲੈਂਦੇ ਵੀ ਜਿਹੜਾ ਉਹ ਸਮਝੌਤਾ ਆਇਆ ਉਹਦੇ ਸੰਦਰਭ ਚ ਸਾਨੂੰ ਚੰਡੀਗੜ੍ਹ ਮਿਲਦਾ ਕਿ ਨਹੀਂ ਮਿਲਦਾ, ਡਿਬੇਟ ਵੇਟ ਕਰ ਲੈਂਦੇ ਹੋ ਜੀ, 2 ਮਹੀਨੇ ਲੇਟ ਕਰ ਲੈਂਦੇ, 6 ਮਹੀਨੇ ਲੇਟ ਕਰ ਲੈਂਦੇ। ਨਹੀਂ ਪੱਟੀ ਸਾਹਿਬ ਤੁਹਾਡੀ ਆਵਾਜ਼ ਜੀ ਡੂੰਗੀ ਚਲੀ ਗਈ ਜੀ, ਮਾਈਕ ਸੈੱਟ ਕਰਿਓ। ਪੰਜਾਬ ਦੀਆਂ ਡਿਮਾਂਡ ਜਿਹੜੀਆਂ ਸੀ ਖੂਹ ਖਾਤੇ ਚ ਪੈ ਗਈਆਂ, ਰਾਜੀਵ ਲੌਂਗੋਵਾਲ ਸਮਝੌਤਾ ਖੂਹ ਖਾਤੇ ਚ ਪੈ ਗਿਆ ਜੀ। ਜਦੋਂ ਤੁਸੀਂ ਉਸੇ ਦਿਨ ਖਾਲਿਸਤਾਨ ਦਾ ਐਲਾਨ ਕਰਦੇ ਤੁਸੀਂ ਕਹਿੰਦੇ ਚੰਡੀਗੜ੍ਹ ਪੰਜਾਬ ਨੂੰ ਦੇ ਦਿਓ ਤੇ ਉਹ ਕਹਿੰਦੇ ਚੰਗਾ ਫਿਰ ਲੈ ਲਓ ਜਿਹਨੂੰ ਮਿਲਦਾ ਤਾਂ ਲੈ ਲਓ। ਹਾਂਜੀ, ਸਾਨੂੰ ਇਹ ਨਹੀਂ ਸੀ ਕਰਨਾ ਚਾਹੀਦਾ, ਬਹੁਤ ਗਲਤੀਆਂ, ਬਹੁਤ ਚੰਗੀਆਂ ਗਲਤੀਆਂ ਜਿਹਨਾਂ ਦਾ ਖਮਿਆਜ਼ਾ ਅੱਜ ਵੀ ਅਸੀਂ ਭੁਗਤ ਰਹੇ ਹਾਂ। ਤੇ ਜਸਵੀਰ ਸਿੰਘ ਲੋਡੇ ਨੇ ਸਿਰਫ 4 ਮਹੀਨੇ ਬਰਦਾਸ਼ਤ ਕੀਤਾ ਸੀ, ਅਸੀਂ ਸਿਰਫ 4 ਮਹੀਨੇ, 4 ਮਹੀਨੇ ਬਾਅਦ ਮੰਨਣ ਤੋਂ ਇਨਕਾਰ ਕਰਤੇ ਸੀ, ਨਹੀਂ ਮੰਨਦੇ ਜਸਵੀਰ ਲੋਡੇ ਨੂੰ। ਲੇਕਿਨ ਲਗਭਗ 1 ਸਾਲ ਬਾਅਦ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਇਹਨਾਂ ਦੇ ਥਰ ਦਰਸ਼ਨ ਜਿਹੜਾ ਲਾਇਆ ਸੀ 1 ਸਾਲ ਬਾਅਦ, ਠੀਕ ਹੈ ਜੀ। ਇਸ ਕਰਕੇ ਜਿਹੜਾ ਵਾ ਸਾਨੂੰ ਇਹ ਵੀ ਵੇਖਣਾ ਚਾਹੀਦਾ ਵੀ ਜੇ ਅਸੀਂ ਸਰਕਾਰ ਦੇ ਮੂੰਹ ਸਰਕਾਰ ਨਾਲ ਕੋਈ ਸਮਝੌਤਾ ਕਰਦੇ ਤੇ ਵੇਟ ਵੀ ਕਰਨੀ ਚਾਹੀਦੀ ਹੈ ਜੀ। ਜੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਸੀਗਾ ਤੇ ਫਿਰ ਤੁਹਾਨੂੰ ਕਿਉਂ ਦੇਣਾ ਚੰਡੀਗੜ੍ਹ, ਕਿਉਂ ਤੁਹਾਨੂੰ ਪੰਜਾਬ ਦੀਆਂ ਮਸਲੇ ਦਾ ਹੱਲ ਕਰ? ਇਹ ਗੱਲ ਵਿਚਾਰਨ ਵਾਲੀ ਹੈ, ਸੋਚਣ ਵਾਲੀ ਜੀ। ਸੰਤ ਹਰਚੰਦ ਸਿੰਘ ਲੌਂਗੋਵਾਲ ਜੀ, ਉਹ ਪਰ ਸੀਨ ਤੁਸੀਂ ਵੇਖੋ ਕਿ ਅਸੀਂ ਉਹਨੂੰ ਮਾਰ ਕੇ ਖੱਟਿਆ ਕੀ, ਹਾਂ ਬਿਲਕੁਲ, ਕਿਹੜਾ ਗਲਤ ਕੰਮ ਕਰਤਾ ਸੀ ਉਹਨੇ ਦੱਸੋ ਜੀ। ਮਨਾਉਣ ਵਾਲੇ ਤੇ ਅੱਜ ਵੀ ਬਰਸੀ ਮਨਾਉਂਦੇ, ਉਹਦੀ ਕੀ ਜਿੰਨਾ ਮਾਰਿਆ ਉਹਨੇ ਬਰਸੀ ਮਨਾਈ ਜਾਂਦੀ ਦੱਸੋ? ਇਸ ਕਰਕੇ ਸਾਨੂੰ ਥੋੜਾ ਜਿਹਾ ਸੋਚ ਵਿਚਾਰ ਕਰਨੀ ਸੀ, ਹੁਣ ਹੀ ਆ ਜਾਈਏ ਅਸੀਂ, ਹੁਣ ਹੀ ਸੋਚ ਵਿਚਾਰ ਕਰ ਲਈਏ ਅਸੀਂ ਜੀ ਵੀ ਨਹੀਂ। ਵੇਖੋ ਅੱਜ ਦੀ ਡੇਟ ਦੇ ਵਿੱਚ ਹਰਜੀਤ ਸਿੰਘ ਗਰੇਵਾਲ ਭਾਜਪਾ ਦਾ ਆਗੂ ਆ ਜੀ, ਬੜਾ ਵਫ਼ਾਦਾਰ ਆਗੂ ਆ, ਬਹੁਤ ਬਿਲਕੁਲ। ਕਿਸਾਨ ਸੰਘਰਸ਼ ਦੌਰਾਨ ਉਹਨੇ ਆਪਣੀ ਆਪਣੇ ਫਾਲੋਅਰ ਹੈ ਜੀ, ਵਰਕਰ, ਕਿੰਨੀ ਵਾਰੀ ਬੇਇੱਜ਼ਤੀ ਕਰਾਈ ਉਹਨੇ ਆਪਣੀ ਜੀ, ਉਹਦਾ ਝੋਲਾ ਵਾਹ ਦਿੱਤਾ ਗਿਆ, ਪੁੱਟ ਦਿੱਤਾ ਗਿਆ, ਕਈ ਕੁਛ ਨੂੰ ਗਾਲਾਂ ਕੱਢੀਆਂ ਗਈਆਂ ਜੀ। ਉਹ ਵੀ ਇਹ ਗੱਲ ਕਹਿੰਦਾ ਵੀ ਪੰਜਾਬ ਦੇ ਵਿੱਚ ਅਕਾਲੀ ਦਲ ਦੀ ਹੋਣ ਦਾ ਹੋਣਾ ਬਹੁਤ ਜ਼ਰੂਰੀ, ਬਿਲਕੁਲ। ਜਾਖੜ ਸਾਹਿਬ ਸੁਨੀਲ ਜਾਖੜ ਜੀ, ਉਹ ਵੀ ਭਾਜਪਾ ਜੀ ਨੇ, ਉਹਨਾਂ ਨੇ ਵੀ ਇਹ ਵਾਰਨਿੰਗ ਆ ਜੀ, ਪੰਜਾਬ ਦੇ ਵਿੱਚ ਅਕਾਲੀ ਦਲ ਦਾ ਹੋਣਾ ਬਹੁਤ ਜ਼ਰੂਰੀ ਜੀ। ਜੇ ਅਕਾਲੀ ਦਲ ਦਾ ਰਿਹਾ ਤੇ ਪੰਜਾਬ ਦੀਆਂ ਵੀ ਕੁਛ ਨੀ ਰਹਿਣਾ ਹੈ ਜੀ। ਇਸ ਕਰਕੇ ਜੇ ਪੰਜਾਬ ਅਕਾਲੀ ਦਲ ਨੂੰ ਜਿਹੜੀ ਸੁਰਜੀਤ ਕਰਨਾ ਤੇ ਉਹਦੇ ਵਾਸਤੇ ਜਥੇਦਾਰਾਂ ਨੂੰ ਥੋੜੀ ਜਿਹੀ ਆਪਣੀ ਯੋਗਦਾਨ ਪਾਉਣਾ ਪਊਗਾ ਤੇ ਆਪਣੀਆਂ ਕੁਰਬਾਨੀਆਂ ਦੇਣੀਆਂ ਪੈਣੀਆਂ, ਬਿਲਕੁਲ ਜੀ, ਬਿਲਕੁਲ। ਵੇਖੋ ਦਾਨੇਵਾਲੀਆ ਸਾਹਿਬ ਜੀ, ਮੈਂ ਤੁਹਾਨੂੰ ਥੋੜਾ ਪਿੱਛੇ ਲੈ ਚੱਲਾਂ ਜੀ, ਆਪਾਂ ਪਿੱਛੇ ਜਾਣ ਤੋਂ ਪਹਿਲਾਂ ਕਾਲ ਲੈ ਲਈਏ, ਜਗਜੀਤ ਸਿੰਘ ਮੇਰੇ ਨਾਲ ਨੇ, ਫਿਰ ਆਪਾਂ ਅੱਗੇ ਚੱਲਾਂਗੇ ਜੀ। ਜੀ ਜਗਜੀਤ ਜੀ, ਹੈਲੋ, ਹਾਂਜੀ ਜਗਜੀਤ ਜੀ, ਆਉਣੇ ਰਹੋ, ਸਤਿ ਸ੍ਰੀ ਅਕਾਲ ਜੀ, ਬੋਲੋ ਜੀ, ਬੋਲੋ, ਆਵਾਜ਼ ਚੱਕੋ ਥੋੜੀ ਜੀ। ਜਗਜੀਤ ਤੁਹਾਡਾ ਹੈਡਫੋਨ ਹਟਾਓ ਜੀ, ਜਗਜੀਤ ਜੀ ਹੈਡਫੋਨ ਹਟਾਓ ਆਪਦਾ, ਹੈਡਫੋਨ ਹਟਾਓ ਜੀ ਜਗਜੀਤ ਜੀ ਆਪਣਾ। ਹੈਲੋ, ਹਾਂਜੀ, ਹਾਂ ਹਾਂ, ਮੇਰੀ ਬੇਨਤੀ ਹੈ ਜੀ, ਜਦੋਂ ਕੋਈ ਵੀ ਗੱਲ ਕਰਿਆ ਕਰੋ ਹੈਡਫੋਨ ਹਟਾ ਲਿਆ ਕਰੋ ਜੀ। ਬੋਲੋ ਜੀ, ਬੋਲੋ, ਚਲੋ ਆਵਾਜ਼ ਕੱਟੇਗੀ। ਹਾਂਜੀ, ਆਪਾਂ ਹੁਣ ਚੱਲੀਏ ਅੱਗੇ ਜੀ। ਜੀ
ਅੱਛਾ ਮੈਂ ਤੁਹਾਨੂੰ ਜਥੇਦਾਰ ਦੀ ਗੱਲ ਕਰਦਾ ਸੀਗਾ, ਜਥੇਦਾਰ ਕੁਰਬਾਨੀ ਵਾਲੇ ਕਿਹੋ ਜਿਹੇ ਹੁੰਦੇ। 19 ਫਰਵਰੀ 1848 ਨੂੰ ਜੀ ਜਦੋਂ ਅੰਗਰੇਜ਼ਾਂ ਦਾ ਕਬਜ਼ਾ ਪੰਜਾਬ ਤੇ ਹੋ ਜਾਂਦਾ ਵਾ ਜੀ, ਇਹਨਾਂ ਦਾ ਇੱਕ ਅਫਸਰ ਬਕਾਇਦਾ ਤੌਰ ਤੇ ਦਰਬਾਰ ਚ ਵਾ ਕੇ ਮੁਆਇਨਾ ਕਰਨ ਦਾ ਵੀ ਸਿੱਖ ਇੱਥੇ ਕਰਦੇ ਜੀ। ਉਹ ਜਥੇਦਾਰ ਬਿਬੇਕ ਸਿੰਘ, ਮਸਤਾਨ ਸਿੰਘ ਤੇ ਖੜਗ ਸਿੰਘ ਜੀ, ਇਹ ਚਾਰ ਪੰਜ ਜਾਣੇ ਉਹ ਅੰਗਰੇਜ਼ ਨੂੰ ਸਮਝਾਉਂਦੇ ਆ ਕਿ ਸਾਡੀ ਮਰਿਆਦਾ ਇੱਕ, ਅਸੀਂ ਜੁੱਤੀਆਂ ਪਾ ਕੇ ਅੰਦਰ ਨਹੀਂ ਜਾਂਦੇ ਦਰਬਾਰ ਦੇ ਜੀ। ਤੁਹਾਨੂੰ ਮੈਂ ਇਹ ਵੀ ਦੱਸ, ਜੇ ਤੁਸੀਂ ਪੰਜਾਬ ਸਾਹਿਬ ਗਏ ਹੋ ਨਾ ਕਿਤੇ, ਹਾਂਜੀ, ਪੰਜਾਬ ਸਾਹਿਬ ਲੋਕੀ ਪਰਿਕਰਮਾ ਜੁੱਤੀਆਂ ਨਹੀਂ ਫਿਰਦੇ ਨੇ, ਲੇਕਿਨ ਜਿੱਥੇ ਜਾ ਕੇ ਚਰਨ ਗੰਗਾ ਉੱਥੇ ਪਿੱਛੇ ਜੁੱਤੀ ਪਹਿਲਾਂ ਲਾਉਣੀ ਪੈਣੀ ਹੈ। ਬਿਲਕੁਲ ਜੀ, ਇੱਥੇ ਵੀ ਉਸ ਸਮੇਂ ਤੇ ਇਸ ਤਰ੍ਹਾਂ ਹੁੰਦਾ ਸੀ ਜੀ, ਲੇਕਿਨ ਉਹ ਅੰਗਰੇਜ਼ ਜੜ ਗਿਆ, ਤੁਸੀਂ ਕੌਣ ਸੁਣੀ ਨਿਕਲ ਜੁੱਤੀਆਂ ਲੰਘ ਜਾਓ ਤੁਸੀਂ, ਹਾਂਜੀ ਨਹੀਂ ਜਾਂਦੇ ਅਸੀਂ, ਜੁੱਤੀ ਵਗ ਜਾਵਾਂਗੇ ਅਸੀਂ ਜੀ। ਜਦੋਂ ਉਹ ਅੜ ਜਾਂਦਾ ਤੇ ਗਾਂ ਜਾਣ ਲੱਗਦਾ ਤੇ ਇੱਕ ਨਿਹੰਗ ਉਹਦਾ ਫਿਰ ਤੁਹਾਨੂੰ ਅਲੱਗ ਕਰ ਦਿੰਦਾ ਜੀ, ਲੜਾਈ ਹੁੰਦੀ ਆ, ਕੁਝ ਸਿੱਖ ਮਾਰੇ ਜਾਂਦੇ ਆ ਤੇ ਕੁਝ ਪੱਟੜ ਹੋ ਜਾਂਦੇ ਜੀ। ਉਹਨਾਂ ਕੋਲ ਫੌਜ ਸੀ, ਉਹਨਾਂ ਕੋਲ ਪੁਲਿਸ ਸੀ, ਸਾਰਾ ਕੁਛ ਹੀ ਸੀ, ਸੱਤਾ ਸੀ। ਉਸ ਕੇਸ ਦੇ ਵਿੱਚ ਬਕਾਇਦਾ ਤੌਰ ਤੇ ਜਥੇਦਾਰ ਅਕਾਲ ਤਖ਼ਤ ਗੰਡਾ ਸਿੰਘ ਜੀ ਤੇ ਉਹਦੇ ਨਾਲ ਦੋ ਵਿਅਕਤੀਆਂ ਹੋਰ ਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਂਦੀ, ਫਾਂਸੀ ਜੀ, ਤੇ ਬਾਕੀ ਦੋ ਨੂੰ ਬਕਾਇਦਾ ਤੌਰ ਤੇ ਲੰਦੂਰ ਕਿਤੇ ਜਿਹੜਾ ਸੀ ਉਮਰ ਕੈਦ ਸਜ਼ਾ ਦਿੱਤੀ ਜਾਂਦੀ, ਪੰਜ ਬੰਦੇ ਸਜ਼ਾ ਹੋਈ ਸੀ ਜੀ। ਇਹ ਸੀ ਜਥੇਦਾਰੀ ਜੀ, ਕੁਰਬਾਨੀ ਵਾਲੀ, ਵੀ ਮਰਿਆਦਾ ਭੰਗ ਨਹੀਂ ਹੋਣੀ ਜੋ ਮਰਜ਼ੀ ਹੋ ਜੇ। ਬਿਲਕੁਲ ਜੀ, ਤੇ ਇੱਥੇ ਤੋਂ ਵੀ ਜਥੇਦਾਰ ਹੋਏ ਨੇ ਆਪਣੀ ਜਾਨ ਬਚਾਉਣ ਦੀ ਖਾਤਰ, ਕਹਿੰਦੇ ਕੋਠਾ ਸਭ ਠੀਕ ਠਾਕ ਆ, ਸਭ ਨੂੰ ਪਤਾ ਨਾ, ਸਾਰਿਆਂ ਨੂੰ ਪਤਾ ਜੀ। ਇਸ ਕਰਕੇ ਜੇ ਜਥੇਦਾਰੀ ਕਰਨੀ ਹੈ ਤੇ ਕੁਰਬਾਨੀ ਕੋਈ ਨਾ ਕੋਈ ਕਰਨੀ ਪਊਗੀ, ਮਤ ਸੋਚੋ ਵੀ ਅਸੀਂ ਜਥੇਦਾਰ ਰਹਿਣਾ ਕੀ ਰਹਿਣਾ, ਨਹੀਂ ਜਿੱਥੇ ਕਿਸੇ ਨੇ ਨਹੀਂ ਰਹਿਣਾ, ਇੱਥੇ ਕਿਸੇ ਨੇ ਨਹੀਂ ਰਹਿਣਾ, ਪਰ ਜਾਂਦੇ ਇਹਨਾਂ ਵੀ ਨਾ ਕਰੋ ਕਿ ਕਿਸੇ ਦੇ ਤਲਵੇ ਚੱਟੋ ਜਾਂ ਤਲਵਿਆਂ ਦੇ ਥੱਲੇ ਪੈ ਜਾਓ। ਜੇ ਗਿਆਨੀ ਗੁਰਬਚਨ ਸਿੰਘ ਹੋਰੀ, ਗਿਆਨੀ ਗੁਰਮਤ ਸਿੰਘ ਹੋਰੀ, ਗਿਆਨੀ ਮਲ ਸਿੰਘ ਹੋਣੀ, ਗਿਆਨੀ ਰਾਮ ਸਿੰਘ, ਇਹ ਤਿੰਨ ਬੰਦੇ ਜਿਹੜੇ ਸੀ ਜਾ ਕੇ ਤਲਵੇ ਨਾ ਚੱਲਦੇ ਬਾਦਲਾਂ ਦੇ ਘਰ ਜਾ ਕੇ ਕੋਠੀ ਜਾ ਕੇ ਜੀ, ਉਦੋਂ ਉੱਥੇ ਰਿਜ਼ਾਈਨ ਕਰਕੇ ਆ ਜਾਂਦੇ, ਚੁੱਕੋ ਜੀ ਅਸੀਂ ਮਾਫ਼ੀ ਮੁਫ਼ੀ ਨਹੀਂ ਦਿੰਦੇ, ਅੱਜ ਇਹ ਹਾਲਾਤ ਨਾ ਹੁੰਦੇ, ਅੱਜ ਇਹ ਹਾਲਾਤ ਨਾ ਹੁੰਦੇ ਜੀ। ਉਦੋਂ ਗਿਆਨੀ ਗੁਰਮੁਖ ਸਿੰਘ ਨੇ ਕਿਹਾ ਸੀ ਬਾਦਲ ਸਾਹਿਬ ਨੂੰ, ਬਾਦਲ ਸਾਹਿਬ ਸਾਨੂੰ ਉੱਥੇ ਕੰਮ ਦੱਸ ਦਿਓ, ਆਪਣੇ ਘਰ ਨਾ ਬਣਾਇਆ ਕੋਈ ਏਦਾਂ ਸੀ ਜੀ, ਤੇ ਵੱਡੇ ਬਾਦਲ ਤੁਸੀਂ ਠੀਕ ਕਰ ਰਹੇ ਹੋ ਜਿਹਦਾ ਸੀ, ਕਿਉਂ ਨੀ ਬੁਲਾਇਆ ਜਾਂਦਾ ਉਹਨਾਂ ਨੂੰ ਅੱਜ ਜੀ? ਉਹਨਾਂ ਚੋਂ ਇੱਕ ਹੀ ਗਿਆ ਨਾ, ਚਾਰ ਜਿੰਦਾ ਨੇ ਅੱਜ ਨਾ, ਅੱਜ ਦੀ ਡੇਟ ਦੇ ਵਿੱਚ ਵੀ ਜੀ, ਪਹਿਲੀ ਜਿਹੜੀ ਮਾਫ਼ੀ ਸੌਦਾ ਸਾਹਿਬ ਨੂੰ ਦਿੱਤੀ ਗਈ ਆ, ਉਹਦੇ ਵਿੱਚ ਜਥੇਦਾਰ ਰਾਮ ਸਿੰਘ ਜਿਹੜੇ ਹਜ਼ੂਰ ਸਾਹਿਬ ਵਾਲਾ ਸੀ ਉਹਦੇ ਦਸਤਖਤ ਹੈਗੇ ਨੇ। ਜਿਹੜੀ ਮਾਫ਼ੀ ਰੱਦ ਕੀਤੀ ਗਈ ਆ, ਉਹ ਚ ਗਿਆਨੀ ਰਘਵੀਰ ਸਿੰਘ ਨੇ ਦਸਤਖਤ ਕੀਤੇ ਆ ਜਿਹੜੇ ਜਥੇਦਾਰ ਅਕਾਲ ਤਖ਼ਤ। ਇਸ ਕਰਕੇ ਸਾਡੀ ਇੱਕ ਬੇਨਤੀ ਆ, ਜਥੇਦਾਰਾਂ ਨੂੰ ਕੁਰਬਾਨੀ ਕਰਨੀ ਚਾਹੀਦੀ ਹੈ ਜੀ, ਉਹਨਾਂ ਨੂੰ ਇਹ ਨਾ ਸੋਚਣ ਵੀ ਸਾਡੀ ਗੱਦੀ ਕਾਇਮ ਰਹੇ, ਅਸੀਂ ਗੱਦੀ ਕਾਇਮ, ਜੇ ਮਰਿਆਦਾ ਕਾਇਮ ਰਹੀ ਤੁਹਾਡੀ ਗੱਦੀ ਵੀ ਕਾਇਮ ਰਹੇ, ਵੀ ਕਾਇਮ ਰਹਿ ਜਾਣੀ ਹੈ, ਕੌਮ ਗੱਦੀਆਂ ਤੇ ਹੀ ਬਿਠਾ ਦਿੰਦੀ ਹੈ ਜੀ ਜੀ ਜੀ। ਜਗਜੀਤ ਜੀ ਹੁਣ ਬੋਲੋ ਜੀ। ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਪੱਟੀ ਸਾਹਿਬ। ਸੀਗਾ ਜਿਵੇਂ ਹੁਣ ਤੁਸੀਂ ਗੱਲ ਕਰਦੇ ਹੋ ਸੁਖਵੀਰ ਸਿੰਘ ਬਾਦਲ ਦੀ, ਇਸ ਚੀਜ਼ ਦੇ ਨਾਲ ਜਿਵੇਂ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਜਿਹੜੀ ਉਦੋਂ ਇਨਵੈਸਟੀਗੇਸ਼ਨ ਕਰੀ ਆ, ਉਹਦੇ ਚ ਵੀ ਕਿਤੇ ਨਾ ਕਿਤੇ ਤਾਂ ਉਹ ਇਹੀ ਗੱਲ ਕਹਿੰਦਾ ਸੀ ਵੀ ਅਕਾਲੀ ਦਲ ਜ਼ਿੰਮੇਵਾਰ ਆ। ਜਦੋਂ ਹੁਣ ਇਹ ਮਸਲਾ ਕੋਰਟ ਮੰਨ ਲੈਂਦੇ ਵੀ ਸਾਡੀ ਗੁਨਾਹ ਵਾ ਜੀ, ਕੱਲ ਨੂੰ ਇਹ ਚੀਜ਼ ਦਾ ਅਸਰ ਕੋਰਟ ਚ ਵੀ ਪੈ ਸਕਦਾ ਫਿਰ ਵੀ, ਜਦੋਂ ਇਹ ਆਪਦਾ ਮੰਨ ਹੀ ਚੁੱਕਿਆ। ਤੇ ਇੱਕ ਸੀ ਜੇ ਨਿਬੜ ਜਾਂਦਾ, ਤੁਹਾਨੂੰ ਲੱਗਦਾ ਵੀ ਸੁਖਵੀਰ ਸਿੰਘ ਬਾਦਲ ਜਿਹੜਾ ਗਾਂਹ ਆਉਣ ਵਾਲੇ ਸਮੇਂ ਚ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਕਰ ਸਕਦਾ ਜਾਂ ਉਹਨੂੰ ਸਾਰਾ ਕੁਛ ਨੂੰ ਸਾਂਭ ਸਕਦਾ ਕਿ ਨਹੀਂ ਸਾਂਭ ਸਕਦਾ?
ਜਾਂ ਜਿਹੜੇ ਉਹ ਕਮਰ ਜਿਹੜੇ ਦੋ ਬੰਦੇ ਸ਼ਹੀਦ ਹੋਏ ਸੀਗੇ ਉੱਥੇ, ਉਹਨਾਂ ਦਾ ਵੀ ਫਿਰ ਮਸਲੇ ਦੇ ਵਿੱਚ ਤਾਂ ਜ਼ਿੰਮੇਵਾਰੀ ਲੈਂਦੇ ਆ ਆਪਦੀ ਨਾਲ ਕਿ ਨਹੀਂ, ਉਹਨਾਂ ਦੀ ਵੀ ਸਜ਼ਾ ਮਿਲਣੀ ਚਾਹੀਦੀ ਆ, ਉਹਦੇ ਬਾਰੇ ਪੁੱਛਣਾ ਸੀਗਾ ਜੀ। ਜੀ ਬਿਲਕੁਲ ਜਗਜੀਤ ਜੀ, ਇਹ ਚਾਰ ਗਲਤੀਆਂ ਲਿਖੀਆਂ ਤੇ ਅਸੀਂ ਇਹਨਾਂ ਨੂੰ 13 ਦੱਸੀਆਂ, 13 ਜੀ। ਇਹ ਗਲਤੀਆਂ ਚਾਰ ਨੀ ਜਿਹੜੀਆਂ ਲਿਖ ਕੇ ਦੇ ਕੇ ਬਣ ਗਈ, 13 ਗਲਤੀਆਂ ਕੀਤੀਆਂ, 13 ਗਲਤੀਆਂ ਦੀ ਮਾਫ਼ੀ ਮੰਗੋ। ਇੱਕ ਗਲਤੀ ਜਿਸਦਾ ਨੀ ਚਾਹੀਦਾ ਉੱਥੇ ਗੱਲ ਤੱਕ ਤੋਂ ਕਵੇ ਜੀ, ਕਿਆ ਕੀਤੀ ਹੈ ਇਹਨਾਂ ਕੋਲ, ਯੈਸ ਔਰ ਨੋ ਦਾ ਜਵਾਬ ਲਓ ਜੀ। ਤੇ ਤੁਹਾਡੀ ਗੱਲ ਬਿਲਕੁਲ ਦਰੁਸਤ ਆ, ਪਰ ਮੈਂ ਇਹ ਦੱਸ ਦਿਆਂ ਵੀ ਲੋਕ ਜਾਣ ਵੀ ਕਿੱਥੇ ਜੀ। ਅੱਜ ਦੀ ਡੇਟ ਦੇ ਵਿੱਚ ਜੋ ਹਾਲਾਤ ਪੰਜਾਬ ਦੇ ਨੇ, ਜਿਸ ਤਰੀਕੇ ਨਾਲ ਗੈਂਗਸਟਰਵਾਦ ਵੱਧ ਰਿਹਾ ਵਾ, ਜਿਸ ਤਰੀਕੇ ਨਾਲ ਅਰਾਜਕਤਾ ਵੱਧ ਰਹੀ ਆ, ਜਿਸ ਤਰੀਕੇ ਨਾਲ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਵਾ, ਤੁਹਾਡੇ ਸਾਹਮਣੇ ਹੀ ਆ ਬਿਲਕੁਲ ਜੀ। ਜੇ ਗੈਂਗਸਟਰਾਂ ਦੇ ਬਾਰੇ ਵਿਧਾਨ ਸਭਾ ਚ ਮੁੱਦੇ ਉੱਠਦੇ ਤੇ ਕਾਰਵਾਈ ਨੀ ਹੁੰਦੀ, ਜਿਹਦਾ ਮਤਲਬ ਫਿਰ ਸਰਕਾਰ ਦੇ ਪੱਲੇ ਕੁਛ ਨੀ ਹੈਗਾ। ਨਾ ਨਾ ਨਾ, ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਮੈਂ 13 ਤੁਹਾਨੂੰ ਗਲਤੀਆਂ ਇਹਨਾਂ ਦੀ ਗਿਣ ਕੇ ਦੱਸ ਦੂ, ਜਿਹਦੇ ਚ ਜਿਹੜੇ ਦੋ ਮੁੰਡੇ ਸ਼ਹੀਦ ਕੀਤੇ ਗਏ ਉਹਨਾਂ ਦੀ ਵੀ ਗੱਲ ਕੀਤੀ ਗਈ, ਤੇ ਜਿਹਨਾਂ ਨੂੰ ਕੁੱਟ ਕੁੱਟ ਘੜੀਆਂ ਤੋੜੀ ਗਈ ਉਹਨਾਂ ਦੀ ਵੀ ਗੱਲ ਕੀਤੀ ਜੀ। ਸਮੇਰ ਸਿੰਘ ਸੈਣੀ ਦੀ ਵੀ ਗੱਲ ਕੀਤੀ ਗਈ, ਤੇ ਬਕਾਇਦਾ ਤੌਰ ਉਮਰਾ ਨੰਗਲ ਦੀ ਵੀ ਗੱਲ ਕੀਤੀ ਜੀ। ਕੋਟਕਪੂਰਾ ਵਿਖੇ ਜਿਸ ਤਰੀਕੇ ਨਾਲ ਇਹਨਾਂ ਡਾਂਗਾ ਮਾਰ ਕੇ ਬੰਦੇ ਫੱਟੜ ਕੀਤੇ 100 ਦੇ ਕਰੀਬ, ਉਹਦੀ ਵੀ ਗੱਲ ਕੀਤੀ ਗਈ, ਤੇ ਬਰਗਾੜੀ ਦੀ ਵੀ ਗੱਲ ਕੀਤੀ ਜੀ। ਜਿਸ ਤਰੀਕੇ ਨਾਲ ਜਿਹੜੀ ਇਹ ਜਿਸ ਦਿਨ ਅੰਖ ਖਿਲਰਦੇ ਨੇ ਤੇ ਕੋਟਕਪੂਰੇ ਜਿਹੜੇ ਸਾਈਡ ਦੇ ਉੱਤੇ ਸਾਡੇ ਜਿਹੜੇ ਧਾਰਮਿਕ ਆਗੂ ਬੈਠੇ ਆ ਪਾਠ ਪੂਜਾ ਕਰਨ, ਜਿਸ ਤਰੀਕੇ ਨਾਲ ਉਹਨਾਂ ਦੀ ਕੁੱਟਮਾਰ ਕੀਤੀ ਗਈ, ਧੂਹ ਧੂਹ ਕੇ ਗੱਡੀਆਂ ਸੁੱਟੇ ਗਈ, ਉਹਦੀ ਵੀ ਗੱਲ ਕੀਤੀ ਗਈ ਜੀ। ਜੀ ਕੀ ਇਹ ਸਾਰੇ ਸਵਾਲ ਪੁੱਛਣਗੇ ਜਿਸ ਤਰ੍ਹਾਂ ਉਹਨੂੰ? ਬਿਲਕੁਲ। ਇਸ ਕਰਕੇ ਗੱਲ ਇਹ ਆ ਵੀ ਸੁਖਬੀਰ ਸਿੰਘ ਬਾਦਲ ਬਾਰੇ ਤੁਸੀਂ ਗੱਲ ਕਹਿੰਦੇ ਹੋ ਨਾ, ਲੋਕਾਂ ਕੋਲ ਰਸਤਾ ਅਕਾਲੀ ਦਲ ਤੁਸੀਂ ਰਸਤਾ ਬਣਦਾ ਵੀ ਕੋਈ ਨੀ ਇਸ ਵੇਲੇ ਹੈਗਾ ਨਾ ਜੀ। ਜੀ ਅਕਾਲੀ ਦਲ ਸਰਵਾਈਵ ਕਰ ਸਕਦਾ, ਜ਼ਰੂਰ ਕਰ ਸਕਦਾ, ਇਹ ਨਹੀਂ ਗੱਲ ਕਰ ਸਕਦਾ। ਮੈਂ ਪਹਿਲਾਂ ਵੀ ਗੱਲ ਕੀਤੀ ਜਗਜੀਤ ਜੀ, ਤੁਸੀਂ ਨਹੀਂ ਸੁਣੀ ਸ਼ਾਇਦ, ਮੈਂ ਕਿਹਾ ਜਦੋਂ ਬੰਦਾ ਅਕਾਲ ਤਖ਼ਤ ਤੇ ਪੇਸ਼ ਹੁੰਦਾ, ਜਾ ਕੇ 4 ਦਿਨ ਬਾਟੀਆਂ ਮਾਂਜ ਲੈਂਦਾ, ਝਾੜੂ ਫੇਰ ਲੈਂਦਾ, ਜੁੱਤੀਆਂ ਪਾਲਿਸ਼ ਕਰ ਲੈਂਦਾ, ਜੁੱਤੇ ਜੋੜੇ ਝਾੜ ਲੈਂਦਾ, ਲੋਕਾਂ ਚ ਇੱਕ ਭਾਵਨਾ ਪੈਦਾ ਪਿੰਡਾਂ ਚ ਹੁੰਦੀ, ਯਾਰ ਨਿਮਾਣਾ ਸਿੱਖ ਬਣ ਕੇ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹਨਾਂ ਨੂੰ ਇਹ ਨੀ ਪਤਾ ਦੇ ਮਨ ਚ ਕੀ ਆ ਜੀ। ਜਾਗਰੂਕ ਸਿੱਖ ਜ਼ਰੂਰ ਮਹਿਸੂਸ ਕਰਦੇ ਵੀ ਇਹ ਗਲਤ ਹੋ ਰਿਹਾ ਵਾ, ਇਹਨੂੰ ਇਹ ਸਜ਼ਾ ਨਹੀਂ ਚਾਹੀਦੀ ਜੀ। ਲੇਕਿਨ ਅਕਾਲ ਤਖ਼ਤ ਦੀ ਪਰੰਪਰਾ ਜਿਹੜੀ ਆ ਉਹ ਬਖਸ਼ਣ ਤੱਕ ਤਾਂ ਉੱਥੋਂ ਬਖਸ਼ੇ ਜਾਂਦੇ ਨੇ, ਉੱਥੋਂ ਕਿਸੇ ਨੂੰ ਸਜ਼ਾ ਨਹੀਂ ਲੱਗਦੀ, ਇਹੋ ਜਿਹੀ ਤਨਖਾਹ ਹੀ ਲੱਗਦੀ। ਹਾਂਜੀ, ਤਨਖਾਹਾਂ ਹੀ ਲੱਗਦੀਆਂ। ਕਈ ਲੋਕਾਂ ਨੇ ਤਾਂ ਚੁਟਕਲਾ ਹੀ ਬਣਾ ਲਿਆ ਇਸ ਚੀਜ਼ ਦਾ, ਵੈਸੇ ਉਹ ਵੀ ਗਲਤ ਗੱਲ ਹੈ। ਪੱਟੀ ਸਾਹਿਬ ਦੇਖੋ ਜੀ, ਅੱਗੇ ਸੁਖਬੀਰ ਬਾਦਲ ਨੂੰ ਅੱਗੇ ਇੰਨੀ ਕਿੰਨੀ ਕੁ ਪੈਸਿਆਂ ਦੀ ਕਮੀ ਸੀ, ਅੱਗੇ ਅਕਾਲ ਤਖ਼ਤ ਨੇ ਤਨਖਾਹ ਹੀ ਲਾਤੀ, ਕਹਿੰਦੇ ਦੱਸੋ ਲੋਕ। ਬਿਲਕੁਲ, ਬੀਬੀਆਂ ਕਹਿ ਰਹੀਆਂ, ਹਾਂ ਤਨਖਾਹ ਹੀ ਲਾਤੀ ਉਹਨੂੰ। ਚਲੋ, ਧਾਰਮਿਕ ਕਾਲ ਲੈ ਲਈਏ ਜੀ, ਫਿਰ ਪੱਟੀ ਸਾਹਿਬ ਅੱਗੇ ਚੱਲਾਂਗੇ। ਸਤਿ ਸ੍ਰੀ ਅਕਾਲ ਜੀ, ਜਗਜੀਤ ਕੰਗ ਜੀ। ਹਾਂਜੀ ਪੱਟੀ ਸਾਹਿਬ ਤੇ ਗਾਨੇ ਵਾਲੀ ਸਾਹਿਬ, ਸਤਿ ਸ੍ਰੀ ਅਕਾਲ। ਪੱਟੀ ਸਾਹਿਬ, ਆਪਾਂ ਸਾਰੇ ਕਹੀ ਜਾਂਦੇ ਕਿ ਅਕਾਲੀ ਦਲ ਬਚਣਾ ਚਾਹੀਦਾ ਹਨਾ, ਪਰ ਜਿੰਨੀਆਂ ਇਹਨਾਂ ਨੇ ਗੁਰੂ ਘਰਾਂ ਦੇ ਵਿੱਚ ਗਲਤੀਆਂ, ਬੇਅਦਬੀਆਂ, ਕਿੰਨੇ ਮੁੰਡੇ ਮਾਰੇ ਇਹਨਾਂ ਨੇ, ਪਰ ਜਦੋਂ ਉਹ ਚੀਜ਼ ਦਾ ਹਿਸਾਬ ਲਈਏ ਤੇ ਫਿਰ ਤੇ ਅਸੀਂ ਕਹਿੰਦੇ ਕਿ ਇਹ ਨਹੀਂ ਬਚਣਾ ਚਾਹੀਦਾ, ਨਵਾਂ ਅਕਾਲੀ ਦਲ ਬਣਨਾ ਚਾਹੀਦਾ। ਜਿੰਨਾ ਇਹਨਾਂ ਨੇ ਬੇਅਦਬੀਆਂ ਕਰਾਈਆਂ, ਜਿੰਨਾ ਇਹਨਾਂ ਨੇ 300 ਸਰੂਪ ਇਹਨਾਂ ਦੇ, ਇਹੀ ਸ਼੍ਰੋਮਣੀ ਕਮੇਟੀ ਜਥੇਦਾਰ ਇਹ ਵੀ ਨਾਲ ਹੀ ਪੁੱਛ ਲਏ ਕਿ ਉਹ 300 ਸਰੂਪ ਕਿੱਥੇ ਮਹਾਰਾਜ ਦੇ ਦਿੱਤੇ ਜੀ ਹਨਾ ਜੀ। ਤੇ ਜਿਹੜੀ ਤੁਸੀਂ ਕਈ ਵਾਰੀ ਗੱਲ ਕਰਦੇ ਹੁੰਦੇ 1999 ਜਿਹੜੀ ਇਹਨਾਂ ਨੇ ਕਿਤਾਬ ਛਾਪੀ ਸੀ ਜਥੇਦਾਰ ਨੂੰ, ਉਹ ਵੀ ਕਿਤਾਬ ਦਾ ਵੀ ਪਤਾ ਹੀ ਆ ਕਿ ਜਿਹੜੀ ਬੁੱਕ ਦੇ ਵਿੱਚ ਕੀ ਗੁਰੂਆਂ ਸਾਹਿਬਾਂ ਬਾਰੇ ਲਿਖਿਆ ਗਿਆ ਸੀ ਹਨਾ। ਜੇ ਹੁਣ ਇਹ ਚਿੱਠੇ ਖੁੱਲੇ ਹੀ ਆ ਤੇ ਸਾਰੇ ਹੀ ਖੋਲ ਲੈਣ ਇੱਕੋ ਵਾਰੀ, ਮਤਲਬ ਇੱਕ ਵਾਰੀ ਸਾਰਾ ਕੁਝ ਧੋ ਕੇ ਫਿਰ ਦੁਬਾਰਾ ਚੱਲਣ ਹਨਾ। ਧੰਨਵਾਦ ਬਾਬਾ ਜੀ। ਬਲਦੇਵ ਸਿੰਘ ਸਿਰਸਾ ਬਕਾਇਦਾ ਤੌਰ ਤੇ ਇੱਕ ਮੰਗ ਪੱਤਰ, ਇੱਕ ਬੇਨਤੀ ਪੱਤਰ ਜਥੇਦਾਰ ਅਕਾਲ ਤਖ਼ਤ ਨੂੰ ਦੇਣ ਆਏ, ਦੇ ਕੇ ਗਏ ਨੇ
ਇਹੋ ਹੀ ਵੀ ਇਹ ਵੀ ਸਵਾਲ ਪੁੱਛੋ ਵੀ ਜਿਹੜੀ ਕਿਤਾਬ ਕਿਹਨੇ ਛਾਪੀ ਸੀ, ਕਿਉਂ ਛਾਪੀ ਸੀ, ਸ਼੍ਰੋਮਣੀ ਕਮੇਟੀ ਦੇ ਆਪਣੇ ਪੈਸੇ ਤੇ ਛਾਪ ਕਿਉਂ ਛਾਪੀ ਕਿਤਾਬ ਜੀ, ਜਿਹਦੇ ਤੇ ਗੁਰੂ ਸਾਹਿਬ ਦੀਆਂ ਭੱਦੀਆਂ ਟਿੱਪਣੀ ਕੀਤੀ ਗਈ ਜੀ, ਇਹਨਾਂ ਨੂੰ ਕੋਈ ਸਜ਼ਾ ਨੀ? ਆਮ ਸਿੱਖ ਮਾੜੀ ਜੀ ਗਲਤੀ ਕਰੇ ਉਹਦੇ ਤੇ 295 ਇਹਦਾ ਪਰਚਾ ਕਰਾ ਦਿੰਦੇ ਹੋ ਜੀ, ਇਹਨਾਂ ਨੂੰ ਕੋਈ ਸਜ਼ਾ ਨੀ? ਬਿਲਕੁਲ। ਗਿਆਨੀ ਹਰਪ੍ਰੀਤ ਸਿੰਘ ਨੇ ਇੱਕ ਕੰਮ ਕੀਤਾ ਸੀ ਵੀ 328 ਸਰੂਪਾਂ ਨੂੰ ਲੈ ਕੇ ਪੂਰੀ ਦੀ ਪੂਰੀ ਆਬਜੈਕਟਿਵ ਤਲਬ ਕਰ ਲਈ ਜੀ, ਕਿ ਜਦੋਂ ਤੁਹਾਨੂੰ ਇਹ ਕਿਹਾ ਗਿਆ ਸੀ ਵੀ ਇਹਨਾਂ ਖਿਲਾਫ਼ ਕਾਰਵਾਈ ਦੇ, ਤੁਸੀਂ ਕਾਰਵਾਈ ਕਿਉਂ ਨੀ ਕੀਤੀ ਜੀ? ਤੇ ਬਕਾਇਦਾ ਤੌਰ ਤੇ ਉਸ ਆਬਜੈਕਟਿਵ ਤੇ ਇੱਕ ਬੈਨ ਕਰ ਦਿੱਤਾ ਗਿਆ ਸੀ ਵੀ ਤਨਖਾਹ ਵੀ ਲਾਈ ਸੀ ਇਹਨਾਂ ਨੂੰ, ਜਿੱਥੇ ਲੌਂਗੋਵਾਲ ਸੀ, ਗੋਬਿੰਦ ਸਿੰਘ ਲੌਂਗੋਵਾਲ, ਰਜਿੰਦਰ ਸਿੰਘ ਮਹਿਤਾ ਸੀਗਾ, ਇਹਨਾਂ ਨੂੰ ਕਹਿਤਾ ਸੀ ਇੱਕ ਸਾਲ ਵਾਸਤੇ ਇਹਨਾਂ ਨੂੰ ਕਿਸੇ ਵੀ ਅਹੁਦੇ ਤੇ ਨਾ ਲਾਇਆ ਜਾਵੇ, ਤੇ ਜਿੰਨਾ ਚਿਰ ਤਨਖਾਹ ਉਹਨਾਂ ਚਿਰ ਤੇ ਬਿਲਕੁਲ ਕੋਈ ਕੰਮ ਨੀ ਕਰਨ। ਬਿਲਕੁਲ ਜੀ ਬਿਲਕੁਲ, ਇਸ ਕਰਕੇ ਤੁਹਾਡੀ ਗੱਲ ਬਿਲਕੁਲ ਦਰੁਸਤ ਹੈ। ਮੈਂ ਵੀ ਕਹਿੰਦੇ ਕਿ ਅਸੀਂ ਅਕਾਲੀ ਦਲ ਦੀ ਬਚਣ ਦੀ ਗੱਲ ਕਰਦੇ, ਸੁਖਬੀਰ ਸਿੰਘ ਬਾਦਲ ਦੀ ਬਚਣ ਦੀ ਗੱਲ ਨਹੀਂ ਕਰਦੇ। ਬਿਲਕੁਲ ਜੀ ਬਿਲਕੁਲ, ਅਕਾਲੀ ਦਲ ਦਾ ਬਚਣਾ, ਉਹ ਫੈਸਲਾ ਅਕਾਲ ਤਖ਼ਤ ਨੇ ਕਰਨਾ, ਉਹ ਫੈਸਲਾ ਜਹਿਦਰ ਨੇ ਕਰਨਾ ਵੀ ਉਹਨੂੰ ਬਚਾਉਣਾ ਕੀ ਕਰਨਾ ਕੀ ਨਹੀਂ ਕਰਨਾ। ਅਕਾਲੀ ਦਲ ਦੇ ਵਿੱਚ ਸਾਨੂੰ ਉਹ ਚਾਹੀਦਾ ਵਾ ਜਿਹੜੇ ਕਹਿੰਦੇ ਸੀ ਪੰਥ ਜੀਵੇ ਮੈਂ ਮਰਾਂ ਜੀ। ਮੈਂ ਤੁਹਾਨੂੰ ਦੱਸ ਦਿੰਦੇ ਜਹਿਦਰ ਗੰਡਾ ਸਿੰਘ ਵਾਲੀ ਗੱਲ, ਮਰਿਆਦਾ ਨੀ ਮਰਿਆ ਭੰਗ ਹੁੰਦੀ ਸੀ ਵਿਸ਼ਾ ਕੱਪ ਨੂੰ ਫਾਂਸੀ ਲੱਗ ਗਈ ਜੀ। ਤੇ ਇਹਨਾਂ ਨੂੰ ਵੀ ਚਾਹੀਦਾ ਵਾ ਜਿਹੜੇ ਸਾਡੇ ਨਿਜ਼ਮ ਬਣਾਏ ਆ, ਮਰਿਆਦਾ ਬਣਾਈ ਆ, ਸਿਧਾਂਤ ਬਣਾਏ, ਉਹਨਾਂ ਦੀ ਰਾਖੀ ਡਟ ਕੇ ਕਰਨ, ਇਹਦੇ ਵਾਸਤੇ ਅਕਾਲੀ ਦਲ ਬਣਿਆ ਜੀ। ਵੈਸੇ ਤੇ ਡਾਨੇ ਵਾਲੀ ਸਾਹਿਬ ਜੀ, ਅਕਾਲੀ ਦਲ ਤੇ 1996 ਵਿੱਚ ਖਤਮ ਕਰਤਾ ਸੀ ਪੰਜਾਬੀ ਪਾਰਟੀ ਬਣਾ। ਬਿਲਕੁਲ ਬਿਲਕੁਲ ਬਿਲਕੁਲ। ਤੇ ਬਕਾਇਦਾ ਤੌਰ ਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵਿਦਾਂਤੀ ਨੇ ਗੱਲ ਕਹੀ ਸੀ ਜੀ, ਵੀ ਅਕਾਲੀ ਦਲ ਨੂੰ ਆਪਣਾ ਜਿਹੜਾ ਵੇ ਅਕਾਲੀ ਦਲ ਦਾ ਲਕਮ ਛੱਡ ਕੇ ਉਹਨੂੰ ਪੰਜਾਬੀ ਪਾਰਟੀ ਰੱਖ ਲੈਣਾ ਚਾਹੀਦਾ। ਬਿਲਕੁਲ ਬਿਲਕੁਲ ਬਿਲਕੁਲ, ਭਾਵੇਂ ਉਹਨੂੰ ਉਹਦੀ ਕੁਰਬਾਨੀ ਦੇਣੀ ਪਈ, ਲਾ ਦਿੱਤਾ ਗਿਆ, ਉਹਨੇ ਪ੍ਰਵਾਹ ਨੀ ਕੀਤੀ, ਕਹਿੰਦੇ ਕਰਦੇ ਕੋਈ ਗੱਲ ਜੀ। ਉਹਨੇ ਦੋ ਗੱਲਾਂ ਕੀਤੀਆਂ ਸੀ, ਇੱਕ ਗੱਲ ਤੇ ਕੀਤੀ ਸੀਗੀ, ਇੱਕ ਨਾਲਸ਼ਾਹੀ ਕੈਲੰਡਰ ਜਿਹੜਾ ਸੀ ਲਾਗੂ ਜਦੋਂ ਕੀਤਾ ਤੇ ਉਹਦੇ ਕੋਲ ਆਰ ਐਸ ਦੇ ਬੰਦੇ ਘਰ ਗਏ ਸੀਗੇ, ਹਾਂਜੀ, ਘਰ ਜਾ ਕੇ ਦਬਕਾ ਮਾਰਦੇ ਉਹਨੂੰ। ਬਿਲਕੁਲ ਜੀ, ਪਤਾ ਕਿਵੇਂ ਕਿੰਨਾ ਹਾਲਾਤਾਂ ਚ ਕਿਵੇਂ ਵਾਪਸ ਕਰਾਇਆ ਗਿਆ ਜਥੇਦਾਰ, ਇਹ ਲਾਗੂ ਨਾ ਕਰੀ ਜੀ, ਸੱਟੇ ਭੈੜੇ ਨਿਕਲਣ ਲੱਗੇ ਜੀ। ਉਹਦਾ ਪੀ ਐਸ ਸੀ ਕਿਰਤੀਪਾਲ ਸਿੰਘ ਸੰਧੂ ਕਹਿੰਦਾ ਉਹ ਬਾੜੀਆਂ ਦੇ ਬਾਹਰ ਨਿਕਲਦਾ ਫਿਰ ਬਾਦਲ ਨੂੰ ਮੁੱਖ ਮੰਤਰੀ ਨੂੰ ਕਿਹਾ ਸੀ 2008 ਦੇ ਵਿੱਚ ਜੀ, ਬਾਦਲ ਸਾਹਿਬ ਸਰਕਾਰ ਆਪਣੀ ਬਣ ਗਈ, ਬੰਦੀ ਸਿੰਘ ਛੱਡ ਦਿਓ। ਉਦੋਂ ਬਾਦਲ ਨੇ ਕੀ ਕਿਹਾ ਸੀ ਜੀ? ਕਹਿੰਦਾ ਜਥੇਦਾਰ ਜੀ ਦੁਬਾਰਾ ਗੱਲ ਨੀ ਕਰਨੀ, ਇਹ ਬਾਹਰ ਆ ਕੇ ਸਾਡੇ ਦੀ ਪ੍ਰੋਬਲਮ ਕ੍ਰੀਏਟ ਕਰਨਗੇ ਜੀ ਜੀ। ਅੱਜ ਨੀ ਕਰਨਗੇ ਤੁਹਾਡੇ ਵਾਸਤੇ ਪ੍ਰੋਬਲਮ ਕ੍ਰੀਏਟ, ਅੱਜ ਦੀ ਮੰਗ ਕਰ ਛੱਡੋ ਉਹਨਾਂ ਨੂੰ ਤੁਸੀਂ ਜੀ। ਤੇ ਪੱਟੀ ਸਾਹਿਬ, ਆਰ ਐਸ ਐਸ ਦੀ ਤੁਸੀਂ ਗੱਲ ਕੀਤੀ, ਹੁਣ ਭੁੰਦੜ ਸਾਹਿਬ ਵੀ ਪਾਣੀ ਪੀ ਪੀ ਕੇ ਕੋਸ ਰਹੇ ਆ। ਵੇਖੋ ਭੁੰਦੜ ਸਾਹਿਬ ਕੋਸ ਤੇ ਰਹੇ ਆ, ਤੇ ਜਦੋਂ ਉਹਨਾਂ ਨਾਲ ਯਾਰੀ ਸੀ ਉਦੋਂ ਉਹਨਾਂ ਦੇ ਡੇਰੇ ਤੇ ਜਾ ਕੇ ਮੱਥੇ ਵੀ ਟੇਕਦੇ ਸੀ। ਆ ਡੇਰਾ ਸਰਸੇ ਵਾਲਿਆਂ ਦੇ ਵੀ ਜਾ ਕੇ ਆਏ ਸੀ, ਮੈਨੂੰ ਯਾਦ ਆ। ਬਿਲਕੁਲ ਜਾ ਕੇ, ਬਿਲਕੁਲ ਜਾ ਕੇ, ਮੈਨੂੰ ਮੇਰੇ ਕੋਲੇ ਮੰਨ ਵੀ ਗਏ ਸੀ ਜੀ ਜੀ ਜੀ। ਇਸ ਕਰਕੇ ਆਰ ਐਸ ਨੂੰ ਤੁਸੀਂ ਕੋਸ ਰਹੇ ਹੋ, ਆਰ ਐਸ ਨੇ ਦੱਸੋ ਤੁਹਾਡਾ ਕੀ ਵਿਗਾੜਿਆ ਜੀ? ਆਰ ਐਸ ਨੇ ਕੀ ਕੀਤਾ, ਇੱਕ ਰਾਸ਼ਟਰੀ ਸਿੱਖ ਸੰਗਤ ਬਣਾਈ ਸੀ, ਤੁਹਾਨੂੰ ਪਤਾ ਉਹ 4-5 ਬੰਦੇ ਮਾਰਤੇ ਸੀ ਉਹਨਾਂ ਨੇ ਬਣਿਆ, ਜਿਹਦੇ ਚ ਰੁੱਦਾ ਸਿੰਘ ਹੁੰਦਾ ਸੀ ਪਟਿਆਲੇ ਵਾਲਾ ਜੀ, ਅੱਜ ਕੱਲ ਉਹਨੇ ਖਤਮ ਕਰਤੀ ਉਹ। ਹਾਂਜੀ ਹਾਂਜੀ, ਅੱਜ ਕੱਲ ਸਿੱਧੀ ਦਖਲ ਅੰਦਾਜ਼ੀ ਆ। ਹੁਣ ਭੁੰਦੜ ਸਾਹਿਬ ਨੂੰ ਚੇਤੇ ਆ ਗਿਆ
ਵੀ ਸਾਡੀ ਪਟਨਾ ਸਾਹਿਬ ਦੀ ਕਮੇਟੀ ਤੇ ਆਰ ਐਸ ਨੇ ਕਬਜ਼ਾ ਕਰ ਲਿਆ ਜੀ, ਸਾਡੀ ਯੂਪੀ ਕਮੇਟੀ ਤੇ ਆਰ ਐਸ ਨੇ ਕਬਜ਼ਾ ਕਰ ਲਿਆ ਜੀ, ਦਿੱਲੀ ਕਮੇਟੀ ਤੇ ਆਰ ਐਸ ਨੇ ਕਬਜ਼ਾ ਕਰ ਲਿਆ ਜੀ, ਬਕਾਇਦਾ ਤੌਰ ਤੇ ਹਰਿਆਣਾ ਕਮੇਟੀ ਤੇ ਆਰ ਐਸ ਨੇ ਕਬਜ਼ਾ ਕਰ ਲਿਆ ਜੀ, ਤੇ ਹੁਣ ਸ਼੍ਰੋਮਣੀ ਕਮੇਟੀ ਵਾਲੇ ਪਾਸੇ ਉਹ ਜਿਹੜੀਆਂ ਉਹ ਆਪਣੀਆਂ ਪਲੰਘਾਂ ਵਧਾ ਰਹੇ ਨੇ ਜੀ, ਤੇ ਭੁੰਦੜ ਸਾਹਿਬ ਜ਼ਿੰਮੇਵਾਰ ਦੇ ਵਾਸਤੇ ਕੌਣ? ਉਹ ਜ਼ਿੰਮੇਵਾਰੀ ਦੀ ਵੀ ਗੱਲ ਕਰਦੇ ਵੀ ਜ਼ਿੰਮੇਵਾਰ ਕੌਣ ਹੈ? 14 ਸਾਲ ਦੀ ਡੈਥ ਤੋਂ ਬਾਅਦ ਜਦੋਂ ਤਰਲੋਚਨ ਸਿੰਘ ਹੋਰੀ ਦੇ ਕੋਲ ਆਏ ਸੀਗੇ, ਬਾਦਲ ਕੋਲੇ ਬਾਦਲ ਮੁੱਖ ਮੰਤਰੀ ਸੀ ਉਦੋਂ ਸ਼ਾਇਦ ਪੰਜਾਬ ਦੇ ਜੀ, ਬਣ ਗਏ ਸੀ 2007 ਤੋਂ ਬਾਅਦ ਹਾਂਜੀ, ਉਦੋਂ ਇਹਨਾਂ ਨੂੰ ਕਿਹਾ ਸੀ ਵੀ ਜਿਹੜੀ ਹਰਿਆਣਾ ਕਮੇਟੀ ਬਣ ਰਹੀ ਹੈ ਉਹਦੇ ਵਾਸਤੇ ਤੁਸੀਂ ਕੁਛ ਕਰੋ, ਉੱਥੋਂ ਦੇ ਸਿੱਖਾਂ ਨਾਲ ਮਿਲ ਕੇ ਗੱਲਬਾਤ ਕਰੀਏ, ਗੱਲਬਾਤ ਕਰਕੇ ਤਾਂ ਆਪਾਂ ਉਹ ਕਮੇਟੀ ਨਾ ਬਣਦੀ ਹੈ ਜੀ। ਭੁੰਦੜ ਸਾਹਿਬ ਕਹਿੰਦੇ ਸੀ ਅਸੀਂ ਵੇਖ ਲਾਂਗੇ ਆਪੇ, ਤੁਸੀਂ ਆਪਣਾ ਕੰਮ ਕਰੋ ਜਾ ਕੇ, ਉਹਨਾਂ ਤੇ ਵੇਖਿਆ ਕੁਛ ਨੀ, ਅਗਲਾ ਕਮੇਟੀ 2014 ਦੇ ਬਣਾ ਦਿੱਤੀ, ਅੱਜ ਤੁਸੀਂ ਰੋਂਦੇ ਵੀ ਕਮੇਟੀ ਕਿਉਂ ਬਣ ਗਈ ਉੱਥੇ ਜੀ, ਬਣਨੀ ਹੈ ਜਦੋਂ ਤੁਹਾਡੀਆਂ ਸ਼੍ਰੋਮਣੀ ਕਮੇਟੀ ਤੋੜਨ ਦੀਆਂ ਗੱਲਾਂ, ਪਹਿਲਾਂ ਆਪਣੀ ਪੀੜੀ ਨੂੰ ਸੁੱਟਾ ਫਿਰ ਭੁੰਦੜ ਸਾਹਿਬ ਆਰ ਐਸ ਨੂੰ ਜਿਹੜਾ ਵਾ ਫਿਰੇ ਕਿੰਨੇ ਚੜਾਇਆ ਸੀਗਾ ਜੀ, ਕਦੀ ਆਰ ਐਸ ਦੇ ਖਿਲਾਫ਼ ਗੱਲ ਕੀਤੀ ਸੀ? ਮੈਨੂੰ ਯਾਦ ਆ ਜੀ ਦਾਨੇ ਵਾਲੀਆ ਸਾਹਿਬ ਇੱਥੇ ਆਖਰੀ ਸਮੇਂ ਜਦੋਂ ਅਡਵਾਨੀ ਸਾਹਿਬ ਆਉਂਦੇ ਨੇ ਜੀ, ਇਹ ਉਹਨੂੰ ਟ੍ਰੀਟ ਨਹੀਂ ਕਰਦੇ ਸਹੀ ਤਰੀਕੇ ਨਾਲ, ਠੀਕ ਹੈ ਜੀ, ਸਿਕਿਉਰਿਟੀ ਟਾਈਟ ਸੀ ਬੜੀ, ਇੱਥੇ ਸੁਖਦਿਆਲ ਸਿੰਘ ਭੁੰਦੜ ਡੀ ਆਈ ਜੀ ਹੁੰਦਾ ਸੀ, ਬੇਸਿਕਲੀ ਪੱਟੀ ਲਾ ਕੇ ਪਿੰਡ ਛੁੱਟ ਹੁੰਦਾ ਸੀ ਜੀ, ਤੇ ਮੈਂ ਉਹਨੂੰ ਕਿਹਾ, ਮੈਂ ਕਿਹਾ ਜੀ ਇਹਨੂੰ ਸਵਾਲ ਕਰਨਾ ਇੱਕ ਜ਼ਰੂਰ, ਹਾਂਜੀ, ਸਾਨੂੰ ਅੰਦਰ ਨਹੀਂ ਜਾਣ ਦਿੱਤਾ ਤੇ ਉੱਤੇ ਇੱਕ ਪੱਥਰ ਪਿਆ ਸੀ, ਮੈਂ ਉੱਤੇ ਖੜ ਗਿਆ ਉੱਥੇ ਜੀ, ਜਦੋਂ ਇਹ ਸਰੋਪੇ ਸਰਾਪੇ ਲੈ ਕੇ ਇਨਫੋਰਮੇਸ਼ਨ ਆਫਿਸ ਤੋਂ ਬਾਹਰ ਨਿਕਲਦਾ ਜੀ, ਮੈਂ ਉੱਚੇ ਥਾਂ ਦੇ ਖਲੋਕ ਚ ਉੱਚੀ ਸਾਰੀ ਕਿਹਾ, ਮੈਂ ਕਿਹਾ ਅਡਵਾਨੀ ਸਾਹਿਬ ਮਾਈ ਕੰਟਰੀ ਮਾਈ ਲਾਈਫ ਜੋ ਤੁਸੀਂ ਲਿਖਿਆ ਠੀਕ ਲਿਖਿਆ, ਇੰਦਰਾ ਗਾਂਧੀ ਤੇ ਜਿਹੜੇ ਅਸੀਂ ਅਟੈਕ ਕਰਨ ਵਾਸਤੇ ਤਿਆਰ ਨੀ, ਅਸੀਂ ਅਸੀਂ ਕਰਾਇਆ ਦਬਾਅ ਪਾ ਕੇ, ਤੁਹਾਨੂੰ ਮੈਂ ਕਿਹਾ ਜਵਾਬ ਦੇ ਕੇ ਜਾਣਾ ਪਊਗਾ, ਤੇ ਹੱਥ ਜੁੜ ਕੇ ਚੱਲ ਗਿਆ ਸੀ ਜੀ, ਉਦੋਂ ਇਹੀ ਕਮੇਟੀ ਦੇ ਕਈ ਬੰਦੇ ਕਿੜਕਿੜ ਕਰਦੇ ਸੀ ਵੀ ਇੱਕ ਸਵਾਲ ਕੀ ਪੁੱਛਿਆ ਗਿਆ, ਇਸ ਕਰਕੇ ਸੁਖ ਸਪੋਰਟ ਕਰਨੀ ਚਾਹੀਦੀ ਸੀ, ਵਧੀਆ ਸਵਾਲ ਸੀ, ਜਵਾਬ ਦੇਣਾ ਚਾਹੀਦਾ, ਕਿਸੇ ਨੀ ਕੀਤੀ ਜੀ ਜੀ, ਇਸ ਕਰਕੇ ਭੁੰਦੜ ਸਾਹਿਬ ਅੱਜ ਤੁਸੀਂ ਬਚਾ ਕਾਰ ਇਥੋਂ ਪਾਣੀ ਪੀ ਕੇ ਪੁੱਛੋ, ਉਹਨਾਂ ਕਬਜ਼ੇ ਕਰਨੇ, ਤੁਹਾਡੀ ਸ਼੍ਰੋਮਣੀ ਕਮੇਟੀ ਕਬਜ਼ਾ ਕਰਨਾ ਵੇਖ ਲਓ ਤੁਸੀਂ, ਤੁਸੀਂ ਕਰਾਉਣਾ ਵਾ ਹਾਂਜੀ, ਆਪ ਹੀ ਤੁਸੀਂ ਕਰਾਉਣਾ ਵਾ ਜੀ, ਵੇਖੋ ਦਾਨੇ ਵਾਲੀ ਸਾਹਿਬ ਜਦੋਂ 2004 ਚ ਇਲੈਕਸ਼ਨ ਹੁੰਦੀ ਜੀ, 30 ਸੀਟਾਂ ਬਾਦਲ ਸਾਹਿਬ ਜਿਹੜੀਆਂ ਉਹ ਡੇਰੇਦਾਰਾਂ ਨੇ ਰੱਖ ਦਿੰਦੇ ਆ ਜੀ, ਕਿਹੜਾ ਡੇਰੇਦਾਰ ਮੈਨੂੰ ਦੱਸ ਦਿਓ ਜਿਹੜਾ ਆਰ ਐਸ ਦੀਆਂ ਚੌਂਕੀਆਂ ਨਹੀਂ ਭਰਦਾ, ਇੱਕ ਦੱਸ ਦਿਓ ਜੀ, ਉਹਨਾਂ ਦੀ ਮਰਿਆਦਾ ਨਹੀਂ ਲਾਗੂ ਕਰ, ਕਿਹੜਾ ਡੇਰੇਦਾਰ ਜੀ, ਇਹਦਾ ਮਤਲਬ 30 ਸੀਟਾਂ ਦੇ ਕੇ ਤੁਸੀਂ ਉੱਥੇ ਆਰ ਐਸ ਦਾ ਆਪ ਕਬਜ਼ਾ ਕਰਾਉਣਾ ਚਾਹੁੰਦੇ ਸੀ, ਉਹ ਬੰਦੇ ਅੱਜ ਵੀ ਹੈਗੇ ਸਾਡੇ ਨੋਟਸ ਵੀ, ਕਿਹੜੇ ਕਿਹੜੇ ਮੈਨੂੰ ਟਿਕਟਾਂ ਮਿਲੀਆਂ ਸੀ ਮਿਲੀਆਂ ਪਤਾ ਹੀ ਆਪਾਂ, ਇਸ ਕਰਕੇ 2014 ਵੀ 2011 ਚ ਵੀ ਕੀ ਤੁਸੀਂ ਉਹ ਬੰਦ ਕਰੋਗੇ ਹੁਣ ਜੀ, ਉਹ ਸਾਹ ਜਿਹੜੇ ਜਾ ਕੇ ਉੱਥੇ ਨਾਗਪੁਰ ਜਾ ਕੇ ਮੱਥਾ ਟੇਕ ਕੇ ਆਉਂਦੇ ਤੇ ਉਹਨਾਂ ਨੂੰ ਟਿਕਟਾਂ ਦਿੰਦੇ, ਲਾ ਲਓ ਜੀ ਕੋਈ ਗੱਲ ਤੁਸੀਂ ਜੀ, ਇਸ ਕਰਕੇ ਜੇ ਐਸ ਡੀ ਪੀ ਸੀ ਨੂੰ ਬਚਾਉਣਾ ਵਾ ਤੇ ਇਸ ਸਾਧ ਲੜੇ ਤੋਂ ਬਚਾਉਣਾ ਪਊਗਾ ਜੀ ਜੀ, ਤੇ ਪੱਟੀ ਸਾਹਿਬ ਮੈਨੂੰ ਲੱਗਦਾ ਹੁਣ ਯਾਲੀ ਸਾਹਿਬ ਵੀ ਕਮਰ ਕਸਾ ਕਰੀ ਬੈਠੇ ਆ, ਫਿਰ ਕੀ ਬਣੂ? ਵੇਖੋ ਜਿਸ ਤਰੀਕੇ ਦਾ ਅੱਜ ਮੁੱਖ ਮੰਤਰੀ ਸਾਹਿਬ ਨੇ ਆਪਣੇ ਭਾਸ਼ਣ ਚ ਯਾਲੀ ਸਾਹਿਬ ਦੀਆਂ ਸਿਫਤਾਂ ਕੀਤੀਆਂ, ਯਾਲੀ ਸਾਹਿਬ ਰੀਅਲ ਅਸਟੇਟ ਦਾ ਕੰਮ ਕਰਦੇ ਜਿਹੜਾ ਲੁਧਿਆਣੇ ਜੇ ਨਾ ਕੀਤਾ, ਬਕਾਇਦਾ ਤੌਰ ਤੇ ਮੈਂ ਪਤਾ ਕਰਾ ਲਏ ਕੋਈ ਗੜਬੜ ਨਾਲ ਕੀਤੀ ਜੀ, ਬਿਲਕੁਲ ਲੀਗਲੀ ਕੀਤਾ ਇਹਨਾਂ ਨੇ, ਠੀਕ ਹੈ ਜੀ, ਇਹਨਾਂ ਦਾ ਆਪਣਾ ਬਕਾਇਦਾ ਤੌਰ ਤੇ ਵਿਧਾਇਕ ਕੁਲਵੰਤ ਸਿੰਘ ਜਿਹੜਾ ਰੀਅਲ ਅਸਟੇਟ ਦਾ ਕੰਮ ਕਰਦਾ ਜੀ,
ਕਹਿੰਦਾ 100 ਦੇ ਵਿੱਚੋਂ 5 ਕਲੋਨੀਆਂ ਸਹੀ ਬਣੀਆਂ, ਜਿਹੜੀਆਂ 95 ਕਲੋਨੀਆਂ ਉਹ ਬਿਲਕੁਲ ਗਲਤ ਬਣੀਆਂ। ਕਹਿੰਦਾ ਤੁਸੀਂ ਹਿਮਾਚਲ ਚਲ ਜਾਓ, ਤੁਸੀਂ ਯੂਪੀ ਚਲ ਜਾਓ, ਤੁਸੀਂ ਰਾਜਸਥਾਨ ਚਲ ਜਾਓ, ਤੁਸੀਂ ਹਰਿਆਣੇ ਚਲ ਜਾਓ, ਤੁਹਾਨੂੰ ਇੱਕ ਵੀ ਨਜਾਇਜ਼ ਕਲੋਨੀ ਨਹੀਂ ਮਿਲੇਗੀ ਜੀ। ਜੇ ਹੈਗੀ ਆ ਤੇ ਪੰਜਾਬ ਦੇ ਵਿੱਚ 14,000 ਨਜਾਇਜ਼ ਕਲੋਨੀਆਂ ਬਣੀਆਂ ਜੀ, ਜਿਨ੍ਹਾਂ ਦੀ NOC ਤੁਸੀਂ ਮਾਫ ਕੀਤੀ ਆ। ਤੇ ਬੜਾ ਬੜੀ ਜ਼ੋਰ ਨਾਲ ਕਿਹਾ ਮੁੱਖ ਮੰਤਰੀ ਸਾਹਿਬ ਨੇ, ਪਿਆਲੀ ਸਾਹਿਬ ਨੇ, ਤੇ ਬਹੁਤ ਵਧੀਆ ਬੰਦੇ ਸੀ ਜੀ। ਤੇ ਨਾਲ ਕਹਿਤਾ ਹਾਂਜੀ, ਜਦੋਂ ਸੱਚਾਈ ਵੀ ਨਾ ਮੂੰਹ ਚੋਂ ਨਿਕਲ ਜਾਂਦੀ ਹੈ ਜੀ ਜੀ, ਕਹਿੰਦੇ ਹੁਣ ਤੇ ਅਕਾਲੀ ਦਲ ਦੇ ਵਿਧਾਇਕ ਇੱਕ ਰਹਿ ਗਿਆ, ਤੇ ਇਹਦਾ ਮਤਲਬ ਪਿਆਲੀ ਸਾਹਿਬ ਨੇ ਕਮਰ ਕਿਸੇ ਕੱਸ ਲਿਆ ਆਪ ਜਾਣ ਵਾਸਤੇ ਜੀ, ਇਹਦਾ ਮਤਲਬ ਇਹੀ ਹੋਇਆ ਨਾ। ਹਾਂਜੀ, ਉਹ ਚ ਦੋ ਫਾਇਦੇ ਹੋਣਗੇ ਜੀ, ਜੇ ਅਕਾਲੀ ਸਾਹਿਬ ਵੀ ਚਲੇ ਜਾਂਦੇ ਆ ਤੇ ਫਿਰ ਅਕਾਲੀ ਸਾਹਿਬ ਦੀ ਚੋਣ ਨੀ ਹੋਏਗੀ, ਤੇ ਜਿਹੜੇ ਸੁਖਵਿੰਦਰ ਸਿੰਘ ਸੁੱਖੀ ਡਾਕਟਰ ਸੁੱਖੀ ਨੇ ਬੰਗੇ ਵਾਲੇ ਜੀ, ਉਹਨਾਂ ਦੀ ਵੀ ਚੋਣ ਨੀ ਲੋੜ ਪਏਗੀ, ਕਿ ਉਹ 75% ਬਣ ਜਾਣਾ ਜੀ, ਉਹਦਾ 70% ਜੀ, ਦੋ ਤੇ ਹੀ ਬਣ ਜਾਣਾ ਇਸ ਤੋਂ, ਕੋਈ 3 MLA ਦੋ ਤੇ ਹੀ ਬਣ ਗਿਆ, ਫਿਰ ਚੋਣ ਦੀ ਲੋੜ ਹੀ ਨਹੀਂ ਜੀ। ਇਸ ਕਰਕੇ ਜੇ ਅਕਾਲੀ ਸਾਹਿਬ ਜਾਂਦੇ, ਪਰ ਅਕਾਲੀ ਸਾਹਿਬ ਇੱਕ ਗੱਲ ਯਾਦ ਰੱਖਣਾ ਜੀ, ਵੀ ਤੁਹਾਨੂੰ ਹੁਣ ਤੱਕ ਜਿੰਨੀ ਵਾਰੀ ਵੀ ਬਣਾਇਆ ਬਕਾਇਦਾ ਤੌਰ ਤੇ ਅਕਾਲੀ ਦਲ ਨੇ ਬਣਾਇਆ ਵਾ, ਨੀਤੀ ਦਸਤਾਰ ਨੇ ਬਣਾਇਆ ਵਾ, ਜਥੇਦਾਰਾਂ ਨੇ ਬਣਾਇਆ ਵਾ, ਜੋ ਆਪਦੇ ਹਾਲਾਤ ਬਣਦੇ ਨੇ ਗਾਹ, ਸ਼ਾਇਦ ਫਿਰ ਤੁਸੀਂ MLA ਨਹੀਂ ਬਣਦੇ ਜੀ। ਤੇ ਬਹੁਤ ਬਹੁਤ ਸ਼ੁਕਰੀਆ ਪੱਟੀ ਸਾਹਿਬ ਤੁਹਾਡਾ, ਮਿਹਰਬਾਨੀ ਜੀ, ਮਿਹਰਬਾਨੀ ਸਮਾਂ ਦੇਣ ਦੇ ਲਈ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਫਿਲਹਾਲ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਜੁੜਾਂਗੇ, ਤੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ ਜੀ, ਜੁੜਦੇ ਹਾਂ ਇੱਕ ਬ੍ਰੇਕ ਤੋਂ ਬਾਅਦ। ਭੈਣ ਜੀ, ਵਿਆਹ ਲਈ ਕੱਪੜਿਆਂ ਲਈ ਤੇ ਸ਼ੋਪਿੰਗ ਹੋ ਗਈ ਲਾਜਵਾਬ, ਪਰ ਜਵੈਲਰੀ ਕਿੱਥੋਂ ਲੈਣੀ ਹੈ? ਫਿਕਰ ਨਾ ਕਰੋ, ਜਿੱਥੇ ਲੋਕ ਸੂਟ ਦੇਖਦੇ ਰਹਿ ਜਾਣਗੇ, ਉੱਥੇ ਗਹਿਣੇ ਦੇ ਡਿਜ਼ਾਈਨ ਦੀ ਵੀ ਤਾਰੀਫ ਕੀਤੇ ਬਿਨਾ ਰਹਿਣਗੇ ਨਹੀਂ, ਕਿਉਂਕਿ AC ਜੂਲਰਸ ਕੈਂਟ ਵਾਲਿਆਂ ਦੇ ਕੋਲ ਹੈ 22 ਕੈਰੇਟ ਦੇ ਸੋਨੇ ਦੇ ਗਹਿਣੇ, ਔਰਤਾਂ ਮਰਦਾਂ ਬੱਚਿਆਂ ਦੇ ਵੰਨ ਸਵੰਨੇ ਗਹਿਣਿਆਂ ਦੀ ਬੇਸ਼ੁਮਾਰ ਤੇ ਲੇਟੈਸਟ ਵਰਾਇਟੀ। ਇਹਨਾਂ ਦੇ ਸ਼ੋਰੂਮ ਚ ਸੋਨੇ ਚਾਂਦੀ ਹੀਰਿਆਂ ਦੇ ਗਹਿਣੇ ਭਰੇ ਰਹਿੰਦੇ ਨੇ, ਜਿੱਥੇ ਹੈ ਕੁੰਦਨ ਸੈੱਟ, ਜੜਾਊ ਸੈੱਟ, ਪੋਲਕੀ ਸੈੱਟ, ਹੀਰੇ ਜੜੇ ਸੈੱਟ, ਲਾਈਟ ਵੇਟ ਨੈਕਲੈਸ, ਚੇਨ, ਕੜੇ, ਚੂੜੀਆਂ, ਨਗਾਂ ਵਾਲੀਆਂ ਸੋਹਣੀਆਂ ਸੋਹਣੀਆਂ ਮੁੰਦਰੀਆਂ, ਝੁਮਕੇ ਵਾਲੀਆਂ ਤੇ ਹੋਰ ਬਥੇਰਾ ਕੁਝ। AC ਜੂਲਰ ਸ਼ਟਲ ਵਿੱਚ ਹਰ ਹਫਤੇ ਨਵੀਂ ਸ਼ਿਪਮੈਂਟ ਆਉਂਦੀ ਹੈ, ਤੁਹਾਡੇ ਪਸੰਦ ਦੇ ਤੁਹਾਡੇ ਸਾਈਜ਼ ਮੁਤਾਬਕ ਗਹਿਣੇ 2 ਹਫਤਿਆਂ ਵਿੱਚ ਤਿਆਰ ਕਰਵਾ ਕੇ ਦਿੰਦੇ ਹਨ ਤੇ ਰਿਪੇਅਰ ਵੀ ਕਰਦੇ ਹਨ। 24 ਕੈਰੇਟ ਸੋਨੇ ਦੇ ਬਿਸਕੁਟ ਖਰੀਦ ਅਤੇ ਵੇਚ ਸਕਦੇ ਹੋ। 100% ਪਿਓਰ ਗਰੰਟੀ ਵਾਲੇ ਗਹਿਣੇ ਲੈਣ ਲਈ ਪਹੁੰਚੋ 25416 100 ਫੁੱਟ ਐਵੀਨਿਊ ਸਾਊਥ ਈਸਟ ਕੈਂਟ। ਓਏ ਮੇਰੇ ਵੀਰ, ਮੈਨੂੰ ਬਸ ਇੱਕ ਗੱਲ ਦੱਸ ਦੇ, ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360-652-6066 ਯਾਨੀ 360-652-6066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿੱਲ ਟਰੈਵਲ ਸੈਂਟਰ, 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 6167973। ਹੁਣ
ਰੀਫਰੈਸ਼ ਟਰੈਵਲ ਪਲਾਜ਼ਾ ਮਡੇਰਾ ਵਾਲੇ ਲੋਕਲ ਟਰੱਕ ਵੀਰਾਂ ਨੂੰ ਡੀਜ਼ਲ ਭਰਵਾਉਣ ਤੇ 39 ਸੈਂਟਸ ਪਰ ਗੈਲਨ ਦੀ ਰਿਬੇਟ ਦੇ ਰਹੇ ਹਨ। ਮੰਥ ਦੇ ਅਖੀਰ ਤੇ ਚੈੱਕ ਸਿੱਧਾ ਘਰੇ ਪਹੁੰਚ ਜਾਏਗਾ। 25 ਏਕੜ ਦੇ ਇਸ ਕੰਪਲੈਕਸ ਚ ਹਨ ਸਾਫ ਸੁਥਰੇ ਸ਼ਾਵਰ, ਟਾਇਰ ਸ਼ਾਪ ਤੇ ਰਿਪੇਅਰ ਸ਼ਾਪ ਵੀ ਜਲਦੀ ਸ਼ੁਰੂ ਹੋਣਗੇ। ਦੇਸੀ ਘਿਓ ਦੇ ਤੜਕੇ ਵਾਲਾ ਪਿਓਰ ਪੰਜਾਬੀ ਵੈਜ ਤੇ ਨਾਨ ਵੈਜ ਖਾਣਾ, ਫਿਰ ਕਿਤੇ ਹੋਰ ਕਿਉਂ ਜਾਣਾ। ਰੀਫਰੈਸ਼ ਟਰੈਵਲ ਪਲਾਜ਼ਾ TA ਮਡੇਰਾ, ਐਗਜ਼ਿਟ 144, ਹਾਈਵੇ 99। ਕਾਲ ਸਚਿਨ ਮਲਿਕ ਜਾਂ ਰਵੀ ਗਰੇਵਾਲ ਐਟ 5599647787। ਬਹੁਤ ਜਲਦ ਬੇਕਰਸ ਫੀਲਡ ਵੀ ਖੁੱਲ ਰਿਹਾ ਹੈ ਇੱਕ ਨਵਾਂ ਪਾਇਲਟ ਟਰੱਕ ਸਟਾਪ 99 ਐਂਡ ਟੈਫਟ ਹਾਈਵੇ ਤੇ। ਬਾਈ ਜੀ, ਨਵੀਂ DD15 ਚਲਾਉਂਦੇ ਜਾਂ ਪੇਕਾਰ ਮੈਕਸ ਫੋਰਸ, ਕਮਿੰਸ ISX, ਵੋਲਵੋ, ਮਰਸੀਡੀਜ਼, ਸਪ੍ਰਿੰਟਰ ਜਿਹੀ ਮੋਟਰ ਹੋਵੇ, ਤੇਲ ਹੋਰ ਓਰਿਜਿਨਲ ਫਿਲਟਰ ਤਾਂ ਚੇਂਜ ਕਰਾਉਣਾ ਹੀ ਆ। ਆ ਜਾਓ ਫਿਰ ਕੁਇਕ ਟਰੱਕ ਲਿਊਬ, ਟਰੱਕ ਸਰਵਿਸਿੰਗ, ਵਾਹ ਬਾਈ ਵਾਹ। ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ ਯੂਜ਼ ਕਰੋ। ਦੋ ਲੋਕੇਸ਼ਨਸ ਤੁਸੀਂ ਜਾਣਦੇ ਹੀ ਹੋ, ਐਗਜ਼ਿਟ 268 ਔਨ ਹਾਈਵੇ 401 ਔਰ ਐਗਜ਼ਿਟ 5 ਔਨ QEW। ਕੁਇਕ ਟਰੱਕ ਲਿਊਬ, ਖੁਸ਼ ਹੋ ਕੇ ਪਰਤੋਗੇ। ਮੰਨ ਲਓ 519-622-0660 519-622-0660 QTL, because we care. Quick Truck News.